وأقمنا الصلاة وآتينا الزكاة وأطعنا الله ورسوله إنما يريد الله ليذهب عنكم الرجس أهل البيت ويطهركم تطهيرا. هم قسم دي حمد و ثنا الله سبحانہ و تعالی دی ذات واسطے بے شمار لا تعداد درود و سلام امام الانبیاء امام المرسلین امام المجاہدین رحمت للعالمین جناب محمد الرسول اللہ صلی اللہ علیہ وسلم دی ذات گرامی تے حضرات عزی وقار معزز بزرگو نوجوان بھائیو قابل قدر معززات اسلامی ماں اور بہنوں صدیقہ کائنات بنت صدیق زوجہ مصطفیٰ علیہ الصلات والسلام ام المومنین سیدہ عائشہ صدیقہ رضی اللہ تعالی عنہا آپ سیدان سیدنا جناب ابو بکر دی بیٹی نے والدہ دا نام زینب ام رومان ہے آپ دا لقب عائشہ صدیقہ اور کنیت ام عبداللہ ہے نبی کریم صلی اللہ علیہ وسلم نال سن 1190 اندر نکاح ہویا اور 1 ہجری نو انہاں دی رخصتی ہوئی روایات دے مطابق رخصتی دے وقت عمر تقریباً 11.5 برس بعد روایات دے مطابق 14 برس آپ دی سب تو کم عمر بیوی سیدہ ماں جی عائشہ صدیقہ نے رضی اللہ تعالی عنہا نبی پاک علیہ السلام دے گھر اندر آپ دی زوجیت اندر 9 سال بسر کیتے نے اس بعد اللہ دے پاک پیغمبر دنیا تو تشریف لے گئے نبی پاک دی وفات دے 48 سال بعد 66 برس دی عمر اندر رمضان المبارک دے مہینے 17 رمضان نو آپ اس دنیا تو 56, 57 یا 58 ہجری اندر
ਦੁਨੀਆਂ ਤੋਂ ਤਸ਼ਰੀਫ ਲੈ ਗਈਆਂ, ਆਪ ਅਲੈਹਿ ਸਲਾਤੁ ਵਸਲਾਮ ਨੂੰ ਅੱਲਾ ਨੇ ਕਈ ਸਾਰੀਆਂ ਬੀਵੀਆਂ ਅਤਾ ਫਰਮਾਈਆਂ, ਕਈ ਬੇਵਾ ਨੇ, ਕਈ ਮੁਤਲਕਾ ਨੇ। ਇਹ ਆਪ ਦੀ ਉਹ ਸੋਚਾਂ ਨੇ ਜਿਹੜੀਆਂ ਕੰਵਾਰੀਆਂ ਨੇ, ਮੁਸਤਫਾ ਤੋਂ ਪਹਿਲੇ ਕਿਸੇ ਨਾਲ ਨਿਕਾਹ ਨਹੀਂ ਹੋਇਆ। ਪਹਿਲਾ ਨਿਕਾਹ ਮੇਰੀ ਤੁਹਾਡੀ ਅੰਮਾ ਜਾਨ ਸੈਯਦਾ ਖਦੀਜਾਤੁਲ ਕੁਬਰਾ ਰਜ਼ੀ ਅੱਲਾਹੁ ਤਾਲਾ ਅਨਹਾ ਦੇ ਨਾਲ ਮੁਸਤਫਾ ਨੇ ਕੀਤਾ। ਦੂਸਰਾ ਨਿਕਾਹ ਬੀਬੀ ਸੌਦਾ ਨਾਲ, ਔਰ ਤੀਸਰਾ ਨਿਕਾਹ ਸੈਯਦਾ ਆਇਸ਼ਾ ਸਿੱਦੀਕਾ ਤੈਯਬਾ ਤਾਹਿਰਾ ਰਜ਼ੀ ਅੱਲਾਹੁ ਤਾਲਾ ਅਨਹਾ ਨਾਲ ਮੁਸਤਫਾ ਨੇ ਫਰਮਾਇਆ। ਦੁਨੀਆ ਅੰਦਰ ਕਿਸੇ ਦੀ ਤਾਰੀਫ ਕਰਨੀ ਹੋਏ ਨਾ, ਬੰਦਾ ਕਹਿੰਦਾ ਯਾਰ ਫਲਾਣੇ ਇਨਸਾਨ ਜੈਸਾ, ਫਲਾਣੇ ਬੰਦੇ ਜੈਸਾ ਬੰਦਾ ਕੋਈ ਨਹੀਂ, ਫਲਾਣੀ ਔਰਤ ਜੈਸੀ ਕੋਈ ਔਰਤ ਨਹੀਂ। ਹਾਲਾਂ ਬੜੇ ਬੜੇ ਨੇਕ ਇਸ ਕਾਇਨਾਤ ਦੇ ਅੰਦਰ ਮੌਜੂਦ ਨੇ, ਲੇਕਿਨ ਤਾਰੀਫ ਦਾ ਅੰਦਾਜ਼ ਹੈ। ਕਿਸੇ ਦੀ ਤਾਰੀਫ ਤੁਸੀਂ ਕਰਦੇ ਹੋ, ਕਿਸੇ ਦੀ ਤਾਰੀਫ ਮੈਂ ਕਰਨਾ, ਲੇਕਿਨ ਉਹਨਾਂ ਔਰਤਾਂ ਦੀ ਅਸਮਤ ਤੇ ਕਿਆ ਕਹਿੰਦੇ ਜਿਨ੍ਹਾਂ ਦੀ ਤਾਰੀਫ ਖੁਦ ਰੱਬੇ ਕਾਇਨਾਤ ਫਰਮਾ ਰਹੇ ਨੇ। ਅੱਲਾਹ ਸੁਬਹਾਨ ਜਲਾਲ ਵਲੀ ਕਰਾਮ ਤਜ਼ਕਰਾ ਫਰਮਾ ਰਹੇ ਨੇ ਆਪਣੀ ਕਿਤਾਬ ਕੁਰਾਨੇ ਮਜੀਦ ਅੰਦਰ। ਆਵਾਜ਼ ਆਉਂਦੀ ਹੈ, ਅੱਲਾਹ ਫਰਮਾਉਂਦੇ ਨੇ ਯਾ ਨਿਸਾ ਅਨਬੀਏ ਲਸਤੁਨਕ ਅਹਦਿਮ ਮਿਨਨ ਨਿਸਾਏ ਇਨਿਤਕੈਤੁਨ ਫਲਾ ਤਖਜ਼ਾਨ ਬਿਲ ਕੌਲ ਯਾ ਨਿਸਾ ਅਨਬੀਏ ਮੇਰੇ ਮਾਬੂ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਿਓ ਘਰ ਵਾਲਿਓ, ਨਬੀ ਦਿਓ ਬੀਵੀਓ, ਲਸਤੁਨਕ ਅਹਦਿਮ ਮਿਨਨ ਨਿਸਾਏ ਤੁਹਾਡੇ ਜੈਸੀਆਂ ਕਾਇਨਾਤ ਵਿੱਚ ਹੋਰ ਔਰਤਾਂ ਕੋਈ ਨਹੀਂ, ਤੁਸੀਂ ਕਨਾਤ ਦੀਆਂ ਔਰਤਾਂ ਜੈਸੀਆਂ ਨਹੀਂ ਜੇ। ਲਸਤੁਨਕ ਅਹਦਿਮ ਮਿਨਨ ਨਿਸਾਏ ਦੁਨੀਆਂ ਦੀਆਂ ਔਰਤਾਂ ਜੈਸੀਆਂ ਨਹੀਂ ਜੇ। ਤੁਹਾਡਾ ਮਕਾਮ ਬੜਾ, ਤੁਹਾਡਾ ਸ਼ਾਨ ਬੜਾ ਜ਼ਿਆਦਾ, ਇੰਨੀ ਤਾਂ ਕਈ ਤੁਨਾ ਅਗਰ ਤੁਸੀਂ ਤਕਵਾ ਇਖਤਿਆਰ ਕਰੋਗੀਆਂ, ਅੱਲਾ ਦਾ ਡਰ ਆਪਣੇ ਸੀਨਿਆਂ ਅੰਦਰ ਸੰਭਾਲੋਗੀਆਂ, ਫਲਾ ਤਖਜ਼ਾਨ ਬਿਲ ਕੌਲ ਆਮ ਲੋਕਾਂ ਨਾਲ ਜਿਸਲੇ ਗੱਲਬਾਤ ਕਰਨੀ ਹੈ ਬਹੁਤਾ ਨਰਮੀ ਵਾਲਾ ਰਵੱਈਆ ਨਹੀਂ ਅਪਣਾਉਣਾ। ਅੱਲਾ ਪਾਕ ਨੇ ਔਰਤ ਨੂੰ ਇਸ ਬਾਤ ਦਾ ਪਾਬੰਦ ਫਰਮਾਇਆ ਹੈ, ਗੈਰ ਮਰਦ ਨਾਲ ਬਹੁਤੇ ਚੰਗੇ ਅਖਲਾਕ ਨਾਲ ਤੇ ਮਿੱਠੀ ਜ਼ਬਾਨ ਦੇ ਨਾਲ ਔਰਤ ਨੇ ਗੁਫ਼ਤਗੂ ਨਹੀਂ ਕਰਨੀ, ਨਹੀਂ ਤੇ ਨੁਕਸਾਨ ਕੀ ਹੋਏਗਾ। ਜਿਹਦੇ ਦਿਲ ਦੇ ਅੰਦਰ ਬਿਮਾਰੀ ਹੈ ਉਹ
ਖੁਦਮਾ ਕਰ ਲੈਗਾ, ਲਾਲਚ ਕਰ ਲੈਗਾ, ਉਹਨੂੰ ਬਦਤਮੀਜ਼ੀ ਵੀ ਨਹੀਂ ਕਰਨੀ। ਵਾਗੁਲ ਨਾ ਕੌਲਮ ਮਾਰੂਫਾ, ਅੱਲਾ ਫਰਮਾਉਂਦੇ ਨੇ ਗੱਲ ਚੰਗੇ ਤਰੀਕੇ ਨਾ ਕਰਨੀ ਹੈ। ਇਹ ਨਬੀ ਦੀ ਉਹ ਬੀਵੀ ਉਹ ਵਾ ਕਰ ਨਫੀ ਬਯੂਤ ਕੁੰਨਾ, ਆਪਣੇ ਘਰਾਂ ਦੇ ਅੰਦਰ ਕਰਾਰ ਪਕੜਨਾ, ਆਪਣੇ ਘਰਾਂ ਅੰਦਰ ਠਹਿਰਨਾ। ਔਰਤਾਂ ਨੂੰ ਅੱਲਾ ਦਾ ਕੁਰਾਨ ਕਹਿ ਰਿਹਾ ਹੈ ਆਪਣੇ ਘਰਾਂ ਦੇ ਅੰਦਰ ਸਿਆਦਾ ਤੋਂ ਸਿਆਦਾ ਠਹਿਰਨਾ, ਕਰਾਰ ਪਕੜਨਾ। ਵਲਾ ਤਬਰਜ ਨਾ ਤਬਰ ਜਲ ਜਾਹਿਲੀਆ ਦਿਲੂਲਾ, ਪਹਿਲੇ ਜ਼ਮਾਨੇ ਦੀਆਂ ਜਾਹਿਲ ਔਰਤਾਂ ਦੀ ਤਰ੍ਹਾਂ ਜ਼ਿਬੋ ਜ਼ੀਨਤ ਦਾ ਇਜ਼ਹਾਰ ਕਰਕੇ, ਮੇਕਅਪ ਕਰਕੇ ਤਿਆਰ ਹੋ ਕੇ ਬਾਹਰ ਬਾਜ਼ਾਰਾਂ ਦੀ ਜ਼ੀਨਤ ਨਹੀਂ ਬਣਨਾ। ਇਹ ਮੇਰੇ ਮਹਬੂਬ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜੇ ਆਪਣੀਆਂ ਘਰ ਵਾਲੀਆਂ ਨੂੰ ਕਹਿ ਦਿਓ ਵਾਕਿਮ ਨਸਲਾਤ ਵਾਤੀ ਨਸਕਾਤ ਵਾਤ ਅਨੱਲਾਹ ਵਰਸੂਲਹੁ, ਤੁਸਾਂ ਨਮਾਜ਼ ਕਰਨ ਕਰਨੀ ਹੈ ਨਬੀ ਦੀਆਂ ਬੀਵੀਆਂ ਨੂੰ ਅੱਲਾ ਕਹਿ ਕੇ ਸਬਕ ਦੇ ਰਹਿਣੇ, ਆਪਣੇ ਘਰਾਂ ਦੇ ਅੰਦਰ ਰਹਿਣੇ, ਜ਼ਿਬੋ ਜ਼ੀਨਤ ਦਾ ਇਜ਼ਹਾਰ ਕਰਕੇ ਬਾਜ਼ਾਰਾਂ 'ਚ ਨਹੀਂ ਨਿਕਲਣਾ, ਤੇ ਘਰ ਬਹਿ ਕੇ ਵਕਤ ਬਰਬਾਦ ਨਹੀਂ ਕਰਨਾ, ਘਰ ਰਹਿ ਕੇ ਫਿਰ ਨਮਾਜ਼ਾਂ ਬਰਬਾਦ ਨਹੀਂ ਕਰਨੀਆਂ, ਘਰ ਰਹਿ ਕੇ ਕੀ ਕਰਨਾ ਵਾਕਿਮ ਨਸਲਾਤਾ, ਨਮਾਜ਼ਾਂ ਪੜ੍ਹਨੀਆਂ ਨੇ। ਤੇ ਇੱਥੇ ਹਦੀਸ ਪੈਗੰਬਰ ਜੱਗਾਂ ਦੇ ਪੀਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਜਿਹੜੀ ਔਰਤ ਇੱਕ ਦਿਨ ਦੇ ਅੰਦਰ 5 ਨਮਾਜ਼ਾਂ ਅਦਾ ਕਰਦੀ ਹੈ, ਆਪਣੇ ਖਾਵਨ ਦੀ ਫਰਮਾ ਬਰਦਾਰੀ ਕਰਦੀ ਹੈ, ਵਾਹਸਨਤ ਫਰਜਹਾ ਆਪਣੀ ਇੱਜ਼ਤ ਦੀ ਹਿਫਾਜ਼ਤ ਕਰਦੀ ਹੈ, ਆਪਣੇ ਰਮਜ਼ਾਨ ਦੇ ਮਹੀਨੇ ਦੇ 5 ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਰੱਖਦੀ ਹੈ ਤੇ 5 ਨਮਾਜ਼ਾਂ ਪੜ੍ਹਦੀ ਹੈ, ਖਾਵਨ ਦੀ ਇਸਮਤ ਦੀ ਹਿਫਾਜ਼ਤ ਕਰਦੀ ਹੈ, ਉਹਦੀ ਫਰਮਾ ਬਰਦਾਰੀ ਕਰਦੀ ਹੈ। 4 ਕੰਮ ਜਿਹੜੀ ਬੀਬੀ ਕਰ ਲੈਗੀ ਕਿਆਮਤ ਦਾ ਦਿਨ ਹੋਏਗਾ, ਇਹਨਾਂ 4 ਕੰਮਾਂ ਦੇ ਬਦਲੇ ਅੱਲਾ ਜੰਨਤ ਦੇ 8 ਦਰਵਾਜ਼ੇ ਖੋਲ ਦੇਵੇਗਾ। ਆਵਾਜ਼ ਆਈ ਕੀ ਲਾਲਾ ਹੱਥ ਖੋਲੀ ਮੈਨ ਆਈਏ ਅਬਵਾ ਬਿਲ ਜੰਨਤ ਸ਼ਾਤ, ਇਹ 4 ਕੰਮ ਕਰਕੇ ਆਉਣ ਵਾਲੀ ਹੈ ਇਹ ਨੇਕ ਬਖਤ ਖਾਤੂਨ, ਆ 4 ਕੰਮ ਕਰਕੇ ਆ ਗਈਆਂ ਮਾਂ, ਤੇ ਮੈਂ ਬਦਲੇ ਅੰਦਰ 4 ਨਹੀਂ ਬਲਕਿ 8 ਬੂਵੇ ਜੰਨਤ ਦੇ ਖੋਲ ਛੱਡੇ ਨੇ, ਜਿੱਥੋਂ ਜੀ ਕਰਦਾ ਹੀ ਲੰਘ ਕੇ ਮੇਰੇ ਜੰਨਤ 'ਚ ਚਲੀ ਜਾ। ਅੱਲਾਹੁ ਅਕਬਰ, ਅੱਲਾ ਨਮਾਜ਼ ਦਾ ਫਾਇਦਾ। ਨਬੀ ਦੀਆਂ ਘਰ ਵਾਲੀਆਂ ਨੂੰ ਅੱਲਾ ਕਹਿ ਰਹੇ ਨੇ ਕੀ ਕਰਨਾ, ਵਾਕਿਮ ਨਸਲਾਤਾ, ਨਮਾਜ਼ ਕਾਇਮ ਕਰਨੀ ਹੈ। ਤੇ ਜੱਗਾਂ ਦੇ ਪੀਰ ਜਨਾਬ ਮੁਹੰਮਦ ਸੱਲੱਲਾ
ਸੱਲਲਾਹੁ ਅਲੈਹਿ ਵਸੱਲਮ ਤੇ ਅੱਲਾਹ ਦਾ ਕੁਰਾਨ ਆਇਆ ਹੈ, ਫਰਮਾਇਆ ਅਨਫੁਸਕੁਮ ਵਾ ਅਹਲੀਕੁਮ ਨਾਰਾ, ਲੋਗੋ ਆਪਣੇ ਆਪ ਨੂੰ ਵੀ ਤੇ ਆਪਣੇ ਘਰ ਵਾਲਿਆਂ ਨੂੰ ਵੀ ਦੋਜ਼ਖ ਦੀ ਅੱਗ ਕੋਲੋਂ ਬਚਾ ਲਓ, ਯਾਨੀ ਉਹਨਾਂ ਦੇ ਈਮਾਨ ਦੀ ਫਿਕਰ ਕਰ ਲਓ। ਆਪ ਨਮਾਜ਼ੀ ਹੈ ਤੇ ਬੀਵੀ ਨੂੰ ਨਮਾਜ਼ੀ ਬਣਾ ਲੈ, ਉਹਦੀ ਨਮਾਜ਼ ਤੇ ਤਰਬੀਅਤ ਕਰ ਲੈ, ਆਪਣੀ ਔਲਾਦ ਨੂੰ ਨਮਾਜ਼ੀ ਬਣਾ ਲੈ। ਆ ਨਬੀ ਦੀਆਂ ਬੀਵੀਆਂ ਨੇ ਤੇ ਅੱਲਾ ਫਰਮਾ ਰਹੇ ਨੇ ਅਕਿਮ ਸਲਾਤਾ, ਨਬੀ ਦਿਓ ਘਰ ਵਾਲਿਓ, ਉਹ ਮੂਮਨਾ ਦਿਓ ਮਾਓ, ਤੁਸਾਂ ਨਮਾਜ਼ ਅਦਾ ਕਰਨੀ ਹੈ। ਵਾਹ ਤੀਨ ਸਕਾਤ ਤੇ ਜ਼ਕਾਤ ਦੇਣੀ ਹੈ। ਵਾਹ ਤੇ ਅੱਲਾਹ ਵਰਸੂਲਹੂ, ਅੱਲਾਹ ਤੇ ਉਹਦੇ ਰਸੂਲ ਦੀ ਫਰਮਾ ਬਰਦਾਰੀ ਵੀ ਤੁਸਾਂ ਕਰਦੇ ਰਹਿਣਾ। ਆਈਏ ਸੁਣਦੇ ਜਾਣਾ ਜੱਗਾਂ ਦੇ ਪੀਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਆਕਾਰੀ ਸਲਾਤੁ ਵਸਲਾਮ ਦੇ ਕੋਲੋਂ ਆਪ ਦੇ ਇੱਕ ਸਹਾਬੀ ਆ ਕੇ ਸਵਾਲ ਕਰਦੇ ਨੇ, ਸੋਹਣਿਆ ਅਯੂ ਨਾਸੀ ਅਹੱਬੁ ਇਲੈਕਾ, ਸੋਹਣਿਆ ਮੈਨੂੰ ਇਹ ਤੇ ਦੱਸੋ ਤੁਹਾਨੂੰ ਸਾਰਿਆਂ ਇਨਸਾਨਾਂ ਚੋਂ ਸਭ ਤੋਂ ਪਿਆਰਾ ਕੌਣ ਲੱਗਦਾ ਹੈ ਸਾਰੇ ਲੋਕਾਂ ਚੋਂ? ਜੱਗਾਂ ਦੇ ਪੀਰ ਅਲੈ ਸਲਾਮ ਫਰਮਾਉਂਦੇ ਨੇ ਆਇਸ਼ਾ, ਮੈਨੂੰ ਸਭ ਤੋਂ ਜ਼ਿਆਦਾ ਪਿਆਰੀ ਮੇਰੀ ਬੀਵੀ ਐਸ਼ਾ ਲੱਗਦੀ ਏ। ਸੋਹਣਿਆ ਫਿਰ ਉਹਦੇ ਤੋਂ ਬਾਅਦ ਕੌਣ ਪਿਆਰਾ? ਤੇ ਮੇਰੇ ਆਕਾ ਫਰਮਾਉਂਦੇ ਨੇ ਸੁਮਾ ਅਬੂਹਾ, ਮੈਨੂੰ ਐਸ਼ਾ ਦਾ ਬਾਪ ਪਿਆਰਾ ਲੱਗਦਾ। ਆਕਾ ਫਿਰ ਉਹਦੇ ਤੋਂ ਬਾਅਦ ਕੌਣ? ਤੇ ਨਬੀ ਪਾਕ ਫਰਮਾਉਂਦੇ ਨੇ ਉਮਰ, ਮੈਨੂੰ ਉਮਰ ਪਿਆਰਾ ਲੱਗਦਾ। ਸਹਾਬੀਆਂ ਦਾ ਨਬੀ ਪਾਕ ਵੀ ਤਰਤੀਬ ਨਾਮ ਬਿਆਨ ਕਰਦੇ ਜਾ ਰਹੇ ਨੇ ਤੇ ਮੈਂ ਚੁੱਪ ਰਿਹਾ, ਕਿਤੇ ਆਕਾ ਮੇਰਾ ਨਾਮ ਸਭ ਤੋਂ ਅਖੀਰ ਚ ਨਾ ਲੈ ਲੈਣ। ਪਤਾ ਲੱਗਿਆ ਨਬੀ ਨੂੰ ਐਸ਼ਾ ਵੀ ਸਾਰਿਆਂ ਨਾਲੋਂ ਪਿਆਰੀ ਹੈ ਤੇ ਐਸ਼ਾ ਦਾ ਬਾਬਾ ਵੀ ਸਾਰਿਆਂ ਨਾਲੋਂ ਪਿਆਰਾ। ਜੱਗਾਂ ਦੇ ਪੀਰ ਅਲੀ ਸਲਾਮ ਆਪਣੀਆਂ ਬੀਵੀਆਂ ਦੇ ਦਰਮਿਆਨ ਵਾਰੀਆਂ ਤਕਸੀਮ ਕੀਤੀਆਂ ਨੇ, ਅੱਜ ਮੈਂ ਫਲਾਂ ਦੇ ਘਰ, ਕੱਲ ਫਲਾਣੀ ਬੀਵੀ ਦੇ ਘਰ, ਪਰਸੋਂ ਫਲਾਣੀ ਦੇ ਘਰ। ਤੇ ਸਹਾਬੀਆ ਸਹਾਬਾ ਨੂੰ ਪਤਾ ਨਬੀ ਜਿੱਦਣ ਐਸ਼ਾ ਦੇ ਘਰ ਜਾਂਦੇ ਸਹਾਬਾ ਤੋਹਫੇ ਤਹਾਇਫ ਉਸ ਦਿਨ ਨਬੀ ਨੂੰ ਬਹੁਤੇ ਦਿੰਦੇ, ਜ਼ਿਆਦਾ ਤੋਂ ਜ਼ਿਆਦਾ ਤੋਹਫੇ ਉਸ ਦਿਨ ਪੇਸ਼ ਕੀਤੇ ਜਾਂਦੇ। ਤੇ ਬਾਕੀ ਔਰਤਾਂ ਸੁੱਖ ਨਾ ਕਹਿਣ ਲੱਗੀਆਂ, ਅਸੀਂ ਗੱਲ ਤੇ ਕਰੀਏ ਨਬੀ ਪਾਕ ਲੋਕਾਂ ਨੂੰ ਕਹਿ ਦੇਣ, ਮੈਂ ਜਿੱਥੇ ਵੀ ਹੋਵਾਂ ਉੱਧਰ ਹੀ ਤੋਹਫਾ ਭੇਜ ਦਿਆ ਕਰੋ। ਇਹ ਜ਼ਾਹਿਰ ਅਹਿਸਾਸ ਦੀ ਬਾਤ ਇਕੱਲੀ ਐਸ਼ਾ ਦੇ ਹਿੱਸੇ ਆਉਂਦੀ ਹੈ, ਸਾਡੇ ਵੀ ਆਉਣੀ ਚਾਹੀਦੀ ਹੈ। ਤੇ ਇਹਨਾਂ ਗੱਲ ਕੀਤੀ ਸਾਰੀਆਂ ਨੇ ਮਿਲ ਕੇ, ਆਪਣਾ ਵਕੀਲ ਬਣਾਇਆ ਅੰਮਾ ਫਾਤਿਮਾ ਜ਼ਹਰਾ ਰਜ਼ੀ ਅੱਲਾਹੁ ਤਾਲਾ। ਨਬੀ ਦੀ ਪਿਆਰੀ ਬੇਟੀ, ਲਾਡਲੀ ਬੇਟੀ ਫਾਤਿਮਾ, ਤੂੰ ਗੱਲ ਕਰ ਆਪਣੇ ਬਾਬਾ ਨਾਲ। ਸਹਾਬਾ ਨੂੰ ਕਹਿ ਦੇਣ
ਜਿੱਥੇ ਵੀ ਮੁਸਤਫਾ ਹੋਣ ਉਧਰ ਹੀ ਤੋਹਫ਼ਾ ਭੇਜ ਦਿਆ ਕਰੋ। ਫਾਤਿਮਾ ਆਈਆਂ ਆਪਣੇ ਬਾਬਾ ਨਾਲ ਗੱਲਬਾਤ ਕੀਤੀ ਤੇ ਮੇਰੇ ਆਕਾ ਫਰਮਾਉਂਦੇ ਨੇ, ਇਹ ਫਾਤਿਮਾ ਜਿਹਦੇ ਨਾਲ ਮੈਂ ਪਿਆਰ ਕਰਨਾ, ਕਿਆ ਤੂੰ ਉਹਦੇ ਨਾਲ ਪਿਆਰ ਨਹੀਂ ਉਹ ਕਰਦੀ? ਅੰਮਾ ਫਾਤਿਮਾ ਵਾਪਸ ਚਲੀਆਂ ਗਈਆਂ, ਫਿਰ ਨਬੀ ਦੀ ਅਸਵਾਜ ਕਰਨ ਲੱਗੀਆਂ। ਫਾਤਿਮਾ ਦੁਬਾਰਾ ਜਾ ਕੇ ਨਬੀ ਨਾਲ ਗੱਲ ਕਰਕੇ ਆਉਣਾ, ਅੰਮਾ ਫਾਤਿਮਾ ਫਰਮਾਉਂਦੀਆਂ ਨੇ, ਮੇਰੀ ਮਾਜ਼ਰਤ, ਮੈਂ ਨਹੀਂ ਜਾਣਾ। ਇਹਨਾਂ ਮੁਕਰਰ ਕੀਤਾ ਉਮੇ ਸਲਮਾ, ਨਬੀ ਦੀ ਬੀਵੀ, ਮੋਮਨਾ ਦੀ ਅੰਮਾ, ਸੈਯਦਾ ਉਮੇ ਸਲਮਾ ਰਜ਼ੀ ਅੱਲਾਹ ਤਾਲਾ ਅਨਹਾ ਨੂੰ। ਉਮੇ ਸਲਮਾ ਤੂੰ ਜਾ ਗੱਲ ਕਰ ਮੁਸਤਫਾ ਅਲੈਹਿ ਸਲਾਮ ਨਾਲ, ਬੜੀ ਬੇਪਾਕ ਔਰਤ ਮੇਰੇ ਮੁਸਤਫਾ ਦੇ ਕੋਲ ਆਈਆਂ। ਆਕਾ ਨਬੀ ਪਾਕ ਅਲੈਹਿ ਸਲਾਮ ਨੂੰ ਕਹਿੰਦੀਆਂ ਨੇ, ਤੁਹਾਡੀਆਂ ਸਾਰੀਆਂ ਬੀਵੀਆਂ ਆ ਗੱਲ ਕਰ ਰਹੀਆਂ ਨੇ, ਤੇ ਆਕਾ ਸਿਆਬਾ ਨੂੰ ਕਹਿ ਦਿਓ ਮੈਂ ਜਿੱਥੇ ਵੀ ਹੋਵਾਂ ਬਿਲਾ ਤਫਰੀਕ ਤੋਹਫੇ ਭੇਜ ਸਕਦੇ ਹੋ। ਤੇ ਮੇਰੇ ਆਕਾ ਫਰਮਾਉਂਦੇ ਨੇ, ਉਮੇ ਸਲਮਾ ਮੈਨੂੰ ਐਸ਼ਾ ਦੇ ਬਾਰੇ ਤਕਲੀਫ ਨਾ ਦਿਓ। ਲਾ ਤੋ ਸੁਨੀ ਫੀ ਆਇਸ਼ਾ ਦਾ, ਮੈਨੂੰ ਐਸ਼ਾ ਦੇ ਬਾਰੇ ਤਕਲੀਫ ਨਾ ਦਿਓ। ਤੇ ਨਾਲ ਨਬੀ ਪਾਕ ਨੇ ਇੱਕ ਬੜੀ ਗੱਲ ਕੀਤੀ ਹੈ, ਫਰਮਾਇਆ ਉਮੇ ਸਲਮਾ ਮੈਂ ਸਾਰੀਆਂ ਬੀਬੀਆਂ ਦੇ ਘਰ ਜਾਣਾ, ਸਾਰੀਆਂ ਤੇ ਬਿਸਤਰਿਆਂ ਤੇ ਮੈਂ ਸੌਣਾ, ਕਦੀ ਕਿਸੇ ਦੇ ਬਿਸਤਰ ਤੇ ਵਹੀ ਨਹੀਂ ਆਈ, ਮੈਂ ਐਸ਼ਾ ਦੇ ਬਿਸਤਰ ਦੇ ਵਿੱਚ ਹੁੰਨਾ। ਅੱਲਾ ਅਸਮਾਨਾਂ ਤੋਂ ਕੁਰਾਨ ਦੇ ਕੇ ਜਿਬਰੀਲ ਨੂੰ ਨਾਜ਼ਲ ਕਰ ਦਿੰਦਾ ਹੈ, ਐਸ਼ਾ ਦਾ ਬਿਸਤਰ ਉਹ ਬਿਸਤਰ ਜਿੱਥੇ ਅਸਮਾਨਾਂ ਤੋਂ ਜਿਬਰੀਲ ਵੀ ਆ ਜਾਂਦਾ। ਇਹ ਅਹਿਸਾਸ ਤੇ ਕਿਸੇ ਹੋਰ ਔਰਤ ਨੂੰ ਹਾਸਲ ਨਹੀਂ ਹੈ। ਪਤਾ ਲੱਗਿਆ ਅੰਮਾ ਐਸ਼ਾ ਦਾ ਮੁਕਾਮ ਬੜਾ ਜ਼ਿਆਦਾ, ਨਬੀ ਪਾਕ ਦੀ ਸੌਜਾ ਦਾ ਸ਼ਾਨ ਬੜਾ ਜ਼ਿਆਦਾ। ਆਓ ਜ਼ਰਾ ਇੱਕ ਹੋਰ ਗੱਲ ਸੁਣਾਵਾਂ, ਜੱਗਾਂ ਦੇ ਪੀਰ ਰੱਬ ਦੇ ਹਬੀਬ ਜਨਾਬ ਮੁਹੰਮਦ ਸੱਲੱਲਾਹੁ ਅਲੈਹੀ ਵਸੱਲਮ। ਮੇਰੇ ਆਕਾ ਮਾ ਐਸ਼ਾ ਨੂੰ ਫਰਮਾਉਂਦੇ ਸੀ, ਐਸ਼ਾ ਜਿਸਲੇ ਤੇਰਾ ਮੇਰਾ ਨਿਕਾਹ ਨਹੀਂ ਸੀ ਹੋਇਆ, ਅਸਮਾਨਾਂ ਤੋਂ ਜਿਬਰੀਲ ਆਉਂਦੇ ਇੱਕ ਰੇਸ਼ਮ ਦਾ ਕੱਪੜਾ, ਰੇਸ਼ਮ ਦਾ ਰੁਮਾਲ ਲੈ ਕੇ, ਤੇ ਉਹਦੇ ਅੰਦਰ ਇੱਕ ਤਸਵੀਰ ਹੁੰਦੀ। ਜਿਬਰੀਲ ਮੈਨੂੰ ਉਹ ਤਸਵੀਰ ਕੱਢ ਕੇ ਵਿਖਾਉਂਦਾ ਤੇ ਨਾਲ ਆਉਂਦਾ, ਸੋਹਣਿਆ ਹਾਜ਼ੀ ਜ਼ੌਜਤੁਕਾ ਫੀ ਦੁਨੀਆ ਵਲ ਆਖਿਰਾ। ਆਕਾ ਆ ਲੜਕੀ, ਆ ਔਰਤ ਤੁਹਾਡੀ ਦੁਨੀਆ 'ਚ ਵੀ ਬੀਵੀ ਹੋਏਗੀ ਤੇ ਆਖਰਤ ਨੂੰ ਵੀ ਇਹ ਤੁਹਾਡੀ ਬੀਵੀ ਹੋਏਗੀ। ਆਕਾ ਫਰਮਾਉਂਦੇ ਨੇ ਇੱਕ ਵਾਰ ਖਾਬ ਆਇਆ, ਫੇਰ ਆਇਆ ਤੇ ਮੈਂ ਆਖਿਆ ਯਾ ਅੱਲਾ ਜੇ ਇੰਜੀ ਮਾਜਰਿਆ ਤੇ ਫਿਰ ਹੋ ਜਾਏ, ਤੇਰੀ ਮਰਜ਼ੀ ਪੂਰੀ ਹੋ ਜਾਏ। ਤੇ ਉਹ ਦਰਖਾਹਿਸ਼ ਜਨਾਬ ਸਿੱਦੀਕ ਦੀ ਵੀ ਸੀ, ਆਖੋ ਰਜ਼ੀ ਅੱਲਾ ਰਜ਼ੀ ਅੱਲਾਹੁ ਤਾਲਾ ਅਬੂ ਬਕਰ ਦੀ ਵੀ ਖਾਹਿਸ਼, ਯਾ ਰਸੂਲ ਅੱਲਾ
ਦਿਲ ਕਰਦਾ ਤਿੰਨ ਤਿੰਨ ਖਾਹਿਸ਼ਾਂ ਨੇ ਮੇਰੇ ਦਿਲ ਦੀਆਂ ਸਿੱਧੀ ਕਿਹੜੀਆਂ ਕਿਹੜੀਆਂ ਫਰਮਾਇਆ ਆਕਾ ਮਾਲ ਸਿੱਦੀਕ ਦਾ ਹੋਏ ਤੇ ਖਰਚ ਤੁਸੀਂ ਕਰਦੇ ਹੋਵੋ ਆਕਾ ਖਾਹਿਸ਼ੇ ਵੇ ਅੱਖਾਂ ਅਬੂ ਬਕਰ ਦੀਆਂ ਹੋਣ ਮਹਬੂਬਾ ਚਿਹਰਾ ਤੇਰਾ ਹੋਵੇ ਦਿਲ ਕਰਦਾ ਸੋਨਿਆ ਹਰ ਵੇਲੇ ਤੈਨੂੰ ਸਾਹਮਣੇ ਬਿਠਾ ਕੇ ਮੈਂ ਤੱਕਦਾ ਰਵਾਂ ਅੱਲੂ ਲੂ ਮੇਰਾ ਅੱਖੀਆਂ ਬਣ ਜਾਵੇ ਮੋਹਤਾਜ ਨਾ ਮੈਂ ਇਸ ਅੱਖ ਦਾ ਰਵਾਂ ਆਕਾ ਦਿਲ ਕਰਦਾ ਚਿਹਰਾ ਤੇਰਾ ਹੋਏ ਅੱਖਾਂ ਮੇਰੀਆਂ ਹੋਣ ਤੀਸਰੀ ਖਾਹਿਸ਼ ਵੇ ਆਕਾ ਬੇਟੀ ਮੇਰੀ ਹੋਏ ਤੇ ਬੀਵੀ ਤੇਰੀ ਹੋਵੇ ਰੱਬ ਨੇ ਅਬੂ ਬਕਰ ਦੀਆਂ ਸਾਰੀਆਂ ਖਾਹਿਸ਼ਾਂ ਨੂੰ ਪੂਰਾ ਕਰਕੇ ਵਖਾਇਆ ਜੰਗੇ ਤਬੂਕੇ ਤੇ ਮਾਲ ਅਬੂ ਬਕਰ ਨੇ ਲਿਆ ਕੇ ਘਰ ਦਾ ਸਾਰਾ ਹੀ ਨਬੀ ਦੇ ਕਦਮਾਂ ਚ ਰੱਖ ਦਿੱਤਾ ਹੈ ਮੇਰੇ ਮੁਸਤਫਾ ਅਲੀ ਸਲਾਮ ਦੀ ਖਿਦਮਤ ਵਿੱਚ ਪੇਸ਼ ਕਰ ਦਿੱਤਾ ਹੈ ਖਾਹਿਸ਼ ਅੱਲਾ ਨੇ ਪੂਰੀ ਫਰਮਾ ਦਿੱਤੀ ਦੂਸਰੀ ਸੋਹਣਿਆ ਦਿਲ ਕਰਦਾ ਤੇਰਾ ਚਿਹਰਾ ਹੋਏ ਤੇ ਮੇਰੀਆਂ ਅੱਖਾਂ ਹੋਣ ਜਿੱਦਣ ਗਾਰ ਦੀ ਰਾਤ ਸੀ ਸਿੱਦੀਕ ਸਿੱਦੀਕ ਦੀ ਗੋਦ ਸਰ ਮੁਸਤਫਾ ਦਾ ਮੇਰੇ ਆਕਾ ਅਬੂ ਬਕਰ ਦੀ ਝੋਲੀ ਚ ਸਿਰ ਰੱਖ ਕੇ ਸੁੱਤੇ ਨੇ ਤੇ ਸਿੱਦੀਕ ਤੱਕਦਾ ਜਾ ਰਿਹਾ ਅੱਲਾ ਨੇ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਉਧਰੋਂ ਆਸਮਾਨ ਵਾਲੇ ਨੇ ਪੈਗਾਮ ਘੱਲਿਆ ਸੋਹਣਿਆ ਸਿੱਦੀਕ ਦੀ ਬੇਟੀ ਨਾਲ ਤੁਸੀਂ ਨਿਕਾਹ ਫਰਮਾ ਲਓ ਯਾਨੀ ਅਬੂ ਬਕਰ ਦੀ ਇਸ ਖਾਹਿਸ਼ ਨੂੰ ਵੀ ਅੱਲਾ ਨੇ ਪੂਰਾ ਫਰਮਾ ਦਿੱਤਾ ਤੇ ਮੁਸਤਫਾ ਅਲੈਹਿ ਸਲਾਮ ਨੇ ਨਿਕਾਹ ਫਰਮਾ ਦਿੱਤਾ ਸੈਯਦਾ ਆਇਸ਼ਾ ਸਿੱਦੀਕਾ ਦੇ ਨਾਲ ਰਜ਼ੀ ਅੱਲਾਹੁ ਤਾਲਾ ਅਨਹਾ ਤੇ ਆਈਏ ਸੁਣਦੇ ਜਾਣਾ ਆਕਾ ਅਲੈਹਿ ਸਲਾਮ ਫਰਮਾਉਂਦੇ ਨੇ ਆਇਸ਼ਾ ਦੀ ਫਜ਼ੀਲਤ ਬਾਕੀ ਔਰਤਾਂ ਤੇ ਇੰਨੀ ਹੈ ਜਿਵੇਂ ਆਮ ਖਾਣਿਆਂ ਚੋਂ ਸਰੀਰ ਦੀ ਫਜ਼ੀਲਤ ਹੁੰਦੀ ਹੈ ਸਰੀਰ ਅਰਬ ਦੇ ਲੋਕ ਬੜੀ ਪਸੰਦੀਦਾ ਗਜ਼ਾ ਗੋਸ਼ਤ ਦਾ ਸਾਲਨ ਸ਼ੋਰਬੇ ਵਾਲਾ ਉਹਦੇ ਚ ਰੋਟੀਆਂ ਦੇ ਟੁਕੜੇ ਬਣਾ ਕੇ ਡਾਲਦੇ ਤੇ ਉਹਨਾਂ ਨੂੰ ਭਗੋ ਕੇ ਰੱਖ ਦਿੰਦੇ ਨਰਮ ਹੋ ਜਾਂਦਾ ਬੜਾ ਬਿਹਤਰੀਨ ਕਿਸਮ ਦਾ ਖਾਣਾ ਇਹ ਬਣ ਜਾਂਦਾ ਸਰੀਰ ਆਖਿਆ ਜਾਂਦਾ ਤੇ ਆਗਾ ਫਰਮਾਉਂਦੇ ਨੇ ਜਿਵੇਂ ਖਾਣਿਆਂ ਚ ਸਰੀਰ ਨੂੰ ਫਜ਼ੀਲਤ ਹੈ ਮੇਰੀ ਆਇਸ਼ਾ ਨੂੰ ਬਾਕੀਆਂ ਸਾਰੀਆਂ ਬਾਕੀ ਸਾਰੀਆਂ ਬੀਵੀਆਂ ਤੇ ਫਜ਼ੀਲਤ ਹਾਸਲ ਜੱਗਾਂ ਦੇ ਪੀਰ ਰੱਬ ਦੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਅੰਮਾ ਜੀ ਆਇਸ਼ਾ ਬਿਆਨ ਕਰਦੀਆਂ ਨੇ ਮੈਂ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੂੰ ਵੇਖਿਆ ਮੇਰੇ ਕਮਰੇ ਦੇ ਦਰਵਾਜ਼ੇ ਤੇ ਆਕਾ ਖੜੇ ਨੇ ਤੇ ਕਮਰਾ ਪਤਾ ਕਿੱਥੇ ਮਸਜਿਦ ਦੇ ਨਾਲ ਹੀ ਹੈ ਤੇ ਮਸਜਿਦ ਦੇ ਅੰਦਰ ਈਦ ਦਾ ਦਿਨ ਹੈ ਹਬਸ਼ੀ ਨਸਲ ਸਹਾਬਾ ਨਿਜ਼ਾਬਾਦੀ ਕਰ ਰਹੇ ਨੇ ਤੇ ਮੈਂ ਵੀ ਵੇਖਣਾ ਚਾਹੁੰਦੀ ਹਾਂ ਤੇ ਮੈਂ ਨਬੀ ਪਾਕ ਦੇ ਕੋਲ ਆ ਗਈ
ਮੈਂ ਆਪ ਸਲਾਮ ਦੇ ਕੰਧੇ ਨਾਲ ਲੱਗ ਕੇ ਵੇਖਣ ਲੱਗ ਪਈ ਹਾਂ, ਭਾਰ ਨਬੀ ਦੇ ਮੋਢਿਆਂ ਤੇ ਪਾਇਆ ਤੇ ਮੈਂ ਮੁਸਲਸਲ ਵੇਖੀ ਜਾਂਦੀ ਹਾਂ। ਜਦ ਤੱਕ ਮੈਂ ਵੇਖ ਵੇਖ ਕੇ ਪਿਛਾ ਨਹੀਂ ਮੁੜੇ, ਆਕਾ ਨੇ ਆਪਣਾ ਕੰਧਾ ਨਹੀਂ ਹਿਲਾਇਆ। ਮੇਰੇ ਆਕਾ ਅਲੈਹਿ ਸਲਾਮ ਇੰਨਾ ਪਿਆਰ ਕਰਦੇ। ਇੱਕ ਦਿਨ ਮੇਰੀ ਤੁਹਾਡੀ ਅੰਮਾ ਜਾਨ ਸੈਯਦਾ ਆਇਸ਼ਾ ਸਿੱਦੀਕਾ ਰਜ਼ੀਅੱਲਾਹੁ ਤਾਲਾ ਨੂੰ ਮੇਰੇ ਮੁਸਤਫਾ ਨੂੰ ਕਹਿਣ ਲੱਗੀਆਂ, ਆਕਾ ਅੱਜ ਦੌੜ ਨਾ ਲਾਈਏ, ਸੁਣਿਆ ਭੱਜ ਨਾ ਲਈਏ। ਤੇ ਮੇਰੇ ਆਕਾ ਅਲੈਹਿ ਸਲਾਮ ਫਰਮਾਉਂਦੇ, ਠੀਕ ਹੈ ਅਸਾਂ ਦੌੜ ਲਗਾ ਲੈਂਦੇ ਹਾਂ। ਨਬੀ ਪਾਕ ਤੇ ਅੰਮਾ ਆਇਸ਼ਾ ਨੇ ਦੌੜ ਲਗਾ ਦਿੱਤੀ। ਆਕਾ ਆਪਣੀਆਂ ਬੀਬੀਆਂ ਨਾਲ ਖੁਸ਼ਤਬੀ ਫਰਮਾਇਆ ਕਰਦੇ ਸੀ, ਨਬੀ ਖੁਸ਼ਤਬੀ ਫਰਮਾਇਆ ਕਰਦੇ ਘਰ ਦੇ ਅੰਦਰ। ਇਹ ਨਹੀਂ ਕਿ ਬੰਦਾ ਆਏ ਤੇ ਬੀਬੀ ਤੇ ਬੱਚੇ ਪਰੇਸ਼ਾਨ ਹੋ ਜਾਣ ਵੀ ਘਰ ਪਤਾ ਨਹੀਂ ਕਿਹੜਾ ਜਿੰਨ ਆ ਗਿਆ। ਆਮਦ ਆਏ ਤੇ ਬੀਬੀ ਬੱਚੇ ਡਰ ਜਾਣ, ਪਰੇਸ਼ਾਨ ਹੋ ਜਾਣ, ਇਹ ਕੋਈ ਅਖਲਾਕ ਨਹੀਂ। ਜੱਗਾਂ ਦੇ ਪੀਰ ਰੱਬ ਦੇ ਹਬੀਬ ਜਨਾਬ ਮੁਹੰਮਦ ਉੱਚੀ ਕਹਿ ਦਿਓ ਸੱਲੱਲਾਹੁ ਆਇਸ਼ਾ ਭੱਜ ਨਾ, ਆਇਸ਼ਾ ਫਰਮਾਉਂਦੀ ਆਪ ਸੁਣਦਾ ਭੱਜ ਨਾ ਲਈਏ, ਦੌੜ ਨਾ ਲਗਾ ਲਈਏ। ਠੀਕ ਹੈ ਆਇਸ਼ਾ, ਦੋਵੇਂ ਜੀ ਦੌੜਨ ਲੱਗ ਪਏ ਤੇ ਜਾਣਦੇ ਹੋ ਨਾ ਨਬੀ ਦੀ ਉਮਰ ਉਦੋਂ 50 ਸਾਲ ਤੇ ਅੰਮਾ ਆਇਸ਼ਾ ਨਾਲ ਜਿੱਦਣ ਨਿਕਾਹ ਹੋਇਆ 50 ਸਾਲ ਤੋਂ ਜ਼ਿਆਦਾ ਰਸੂਲੁੱਲਾ ਦੀ ਉਮਰ ਹੈ। ਅੰਮਾ ਆਇਸ਼ਾ ਕਮ ਉਮਰ ਨੇ, ਬਿਲਕੁਲ ਜਵਾਨ ਨੇ, ਦੁਬਲੀਆਂ ਪਤਲੀਆਂ ਨੇ। ਤੇ ਨਬੀ ਪਾਕ ਅਲੈਹਿ ਸਲਾਮ ਨੇ ਦੌੜ ਲਗਾਈ, ਆਕਾ ਪਿਛਾ ਰਹਿ ਗਏ, ਅੰਮਾ ਆਇਸ਼ਾ ਗਾਂ ਨਿਕਲ ਜਾਂਦੀਆਂ ਨੇ। ਆਕਾ ਮੈਂ ਜਿੱਤ ਗਈ ਜੇ, ਮੈਂ ਤੁਹਾਡੇ ਤੋਂ ਅੱਗੇ ਨਿਕਲ ਗਈ ਜੇ। ਇਹ ਪਿਆਰ ਮੁਹੱਬਤ ਦੀ ਬਾਤ ਹੈ। ਕੁਛ ਵਕਤ ਗੁਜ਼ਰਿਆ, ਫਿਰ ਅੰਮਾ ਆਇਸ਼ਾ ਨੇ ਇੱਕ ਦਿਨ ਫਰਮਾਇਆ, ਆਕਾ ਅੱਜ ਫਿਰ ਦੌੜ ਨਾ ਲਗਾਈਏ। ਤੇ ਨਬੀ ਪਾਕ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ, ਚੱਲ ਐਸਾ ਦੌੜ ਲਗਾ ਲੈਂਦੇ ਹਾਂ। ਐਸ ਵਾਰਾਂ ਦੌੜ ਲੱਗੀ ਹੈ, ਨਬੀ ਪਾਕ ਅੱਗੇ ਨਿਕਲ ਗਏ ਨੇ ਤੇ ਅੰਮਾ ਆਇਸ਼ਾ ਪਿੱਛੇ ਰਹਿ ਗਈਆਂ ਨੇ। ਤੇ ਆਕਾ ਫਰਮਾਉਂਦੇ ਨੇ, ਤਿਲਕਾ ਬੀ ਤਿਲਕਾ, ਆਇਸ਼ਾ ਉਦਨ ਵਾਲਾ ਬਦਲਾ ਜਿਵੇਂ ਮੁਹੰਮਦ ਨੇ ਬਰਾਬਰ ਕਰ ਦਿੱਤਾ ਏ। ਉਦਨ ਤੂੰ ਅੱਗੇ ਨਿਕਲ ਗਈ ਸੀ, ਅੱਜ ਮੈਂ ਨਿਕਲ। ਤੇ ਇੱਕ ਹੋਰ ਮੌਕਾ ਹੈ, ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨਹਾ ਕੇ ਗੁਸਲਖਾਨੇ ਚੋਂ ਬਾਹਰ ਆਏ, ਅੰਮਾ ਆਇਸ਼ਾ ਨੇ ਆਟਾ ਫੜ ਕੇ ਨਾ ਸੁੱਕਾ ਆਟਾ ਜਿਸਮ ਤੇ ਮਲ ਦਿੱਤਾ। ਐਸਾ ਇਹ ਕੀ ਕੀਤਾ ਈ ਸੋਹਣਿਆ, ਤੁਸੀਂ ਆਉਂਦੇ ਹੁੰਦੇ ਹੋ, ਆਟਾ ਜਿਸਮ ਦੀ ਮੈਲ ਚੰਗੀ ਤਰ੍ਹਾਂ ਪੁੱਟਦਾ। ਤੇ ਮੇਰੇ ਆਕਾ ਨੇ ਗੁੱਸਾ ਨਹੀਂ ਕੀਤਾ, ਡਾਂਟਿਆ ਕੋਈ ਨਹੀਂ ਕਿ ਮੈਂ ਨਹਾ ਕੇ ਨਿਕਲਿਆ ਤੇ ਤੂੰ ਮੇਰੇ ਤੇ ਆਟਾ ਮਲ ਦਿੱਤਾ, ਬਲਕਿ ਮੁਸਤਫਾ ਮੁਸਕਰਾ ਪਏ ਨੇ। ਐਸਾ ਜੇ ਕੰਮ ਕਰਨਾ ਸੀ ਨਹਾਉਣ ਤੋਂ ਪਹਿਲਾਂ ਕਰ ਲੈਂਦੇ। ਡਾਂਟਿਆ ਗੁੱਸਾ ਨਹੀਂ ਕੀਤਾ। ਤੇ ਮੈਂ ਨਾ ਜੇ ਸਾਡੇ ਚੋਂ ਕੋਈ ਬੰਦਾ ਹੁੰਦਾ ਤੇ ਫਿਰ ਨਹਾ ਕੇ ਨਿਕਲਿਆ ਹੋਵੇ ਤੇ ਬੀਬੀ ਹਰਕਤ ਕਰ ਦੇਵੇ, ਇਹ ਮੇਰਾ ਤੁਹਾਡਾ ਅਖਲਾਕ ਹੈ। ਤੇ ਉਧਰ ਮੇਰੇ ਤੁਹਾਡੇ ਮੁਰਸ਼ਦ ਜਨਾਬ ਮੁਹੰਮਦ
ਪੜੋ ਸੱਲਾ ਅੰਮਾ ਅਸ਼ਾ ਹੀ ਬਿਆਨ ਕਰਦੀਆਂ ਨੇ ਮਾਂ ਪਰ ਰਸੂਲ ਸੱਲਾਹੁ ਅਲੈਹਿ ਵਸੱਲਮ ਅੰਮਾ ਫਰਮਾਉਂਦੀਆਂ ਨੇ ਨਬੀ ਪਾਕ ਨੇ ਸਾਰੀ ਜ਼ਿੰਦਗੀ ਖਾਣੇ ਚੋਂ ਕਦੀ ਐਬ ਨਹੀਂ ਸੀ ਕੱਢਿਆ ਖਾਣੇ ਚੋਂ ਨਬੀ ਨੇ ਕਦੀ ਐਬ ਕੱਢਿਆ ਕੌਣ ਕਹਿ ਰਹੀ ਹੈ ਨਬੀ ਦੀ ਘਰ ਵਾਲੀ ਕਹਿ ਰਹੀ ਹੈ ਖਾਣਾ ਬਣਾਉਣ ਵਾਲੀ ਕਹਿ ਦਿਲ ਕਰਦਾ ਆਕਾ ਖਾ ਲੈਂਦੇ ਇਨਿਸ਼ਤਹਾ ਆਕਾ ਲਾ ਦਿਲ ਚਾਹੁੰਦਾ ਖਾਣਾ ਪਸੰਦ ਹੁੰਦਾ ਆਕਾ ਖਾ ਲੈਂਦੇ ਨਾ ਦਿਲ ਕਰਦਾ ਤੇ ਮੁਸਤਫਾ ਅਲੈਹਿ ਸਲਾਮ ਛੱਡ ਦਿੰਦੇ ਅੰਮਾ ਆਇਸ਼ਾ ਵੀ ਦੂਸਰੀ ਗੱਲ ਨਹੀਂ ਸਨ ਕਰਦੀ ਇਹਦੇ ਅੰਦਰ ਅਸਬਾਤ ਨੇ ਕਿ ਔਰਤ ਕੋਲੋਂ ਕਿਸੇ ਟਾਈਮ ਵਾਧਾ ਘਾਟਾ ਹੋ ਸਕਦਾ ਖਾਣੇ ਦੇ ਅੰਦਰ ਇਹ ਨਹੀਂ ਕਿ ਹੁਣ ਪਹਿਲੇ ਤੇ ਉਹ ਕੌਲੀ ਚੁੱਕੀ ਤੇ ਫਿਰ ਉਹ ਹਾਂਡੀ ਚੁੱਕ ਕੇ ਤੇ ਜਨਾਬ ਕੰਧੋਂ ਬਾਹਰ ਮਾਰੀ ਹੋ ਤੈਨੂੰ ਇੰਨੇ ਸਾਲਾਂ 'ਚ ਬਣਾਉਣਾ ਹੀ ਨਹੀਂ ਆਇਆ ਤੂੰ ਆਪ ਮਹੀਨਾ ਕੁ ਬਣਾ ਕੇ ਵੇਖ ਲੈ ਤੂੰ ਵੀ ਸਿਖਾ ਦੇ ਓ ਯਾਰ ਨਹੀਂ ਪਸੰਦ ਆਇਆ ਤੇ ਕਿਹੜੀ ਗੱਲ ਹੈ ਉਹ ਵੀ ਤੇ ਇਨਸਾਨ ਹੈ ਨਾ ਉਹ ਤੇਰੀ ਜੇਬ 'ਚ ਤੇ ਪੈਸੇ ਵੀ ਹੈ ਨੇ ਨਹੀਂ ਪਸੰਦ ਆਇਆ ਤੇ ਬਾਹਰੋਂ ਖਾ ਮਰ ਲੈ ਉਹਨੂੰ ਗਾਲਾਂ ਕੱਢਣਾ ਮਾਰਨਾ ਜ਼ਿਆਦਤੀ ਕਰਨਾ ਖਾਣੇ ਤੋਂ ਤੇਰੇ ਜੈਸੇ ਇਨਸਾਨ ਹੁੰਦੇ ਨੇ ਮੇਰੇ ਮੁਸਤਫਾ ਨੇ ਕਦੀ ਐਬ ਨਹੀਂ ਕੱਢਿਆ ਇਹ ਵੀ ਨਹੀਂ ਕਿਹਾ ਤੇਰਾ ਖਾਣਾ ਨਹੀਂ ਸਹੀ ਬਣੇਗਾ ਐਬ ਨਹੀਂ ਕੱਢਿਆ ਡਾਂਟਣਾ ਸਖਤੀ ਕਰਨਾ ਤੇ ਬੜੀ ਦੂਰ ਦੀ ਗੱਲ ਹੈ ਅੱਗੋਂ ਮੈਂ ਅਸ਼ਾ ਇਹ ਨਹੀਂ ਆਖਿਆ ਕਿ ਨਹੀਂ ਜੀ ਹੁਣ ਬਣਾਇਆ ਤੇ ਤੁਹਾਨੂੰ ਖਾਣਾ ਪਏਗਾ ਇਹ ਵੀ ਗੱਲ ਨਹੀਂ ਬਹਿਸ ਵੀ ਨਹੀਂ ਬੰਦੇ ਨੇ ਛੱਡ ਦਿੱਤਾ ਠੀਕ ਹੈ ਤਬੀਅਤ ਦੇ ਮੁਆਫਕ ਨਹੀਂ ਹੁਣ ਔਰਤ ਸਿੱਧ ਕਰੇ ਜੀ ਮੇਰਾ ਪੱਕਿਆ ਤੁਹਾਨੂੰ ਪਸੰਦ ਨਹੀਂ ਜੱਗਾਂ ਦੇ ਪੀਰ ਰੱਬ ਦੇ ਹਬੀਬ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਇੱਕ ਦਿਨ ਨਬੀ ਪਾਕ ਅਲੈਹਿ ਸਲਾਮ ਦੇ ਘਰ ਆਪ ਮਾਇਸ਼ਾ ਦੇ ਘਰ ਨੇ ਅੰਮਾ ਹਫਸਾ ਰਜ਼ੀ ਅੱਲਾਹੁ ਤਾਲਾ ਅਨਹਾ ਇਹਨਾਂ ਨੇ ਕੁਝ ਚੰਗੀ ਚੀਜ਼ ਬਣਾਈ ਘਰ ਦੇ ਅੰਦਰ ਸੋਹਣਾ ਖਾਣਾ ਬਣਾਇਆ ਬਰਤਨੇ ਚ ਪਾ ਲਿਆ ਤੇ ਭੇਜ ਦਿੱਤਾ ਨਬੀ ਦੇ ਘਰ ਹੁਜਰੇ ਐਸ਼ਾ ਵਿੱਚ ਭੇਜਿਆ ਅੰਮਾ ਆਇਸ਼ਾ ਸਿੱਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ ਤੇ ਤੁਹਾਨੂੰ ਪਤਾ ਹੈ ਨਾ ਸੁਪਨਾ ਦਾ ਮਾਮਲਾ ਬੜਾ ਅਜੀਬ ਹੁੰਦਾ ਹੈ ਉਹ ਆਉਂਦੇ ਨੇ ਸੌਕਣ ਤੇ ਮਿੱਟੀ ਦੀ ਮਾਂ ਨਹੀਂ ਹੁੰਦੀ ਤੇ ਅੰਮਾ ਆਇਸ਼ਾ ਨੇ ਨਾ ਪਿਆਲਾ ਫੜਿਆ ਤੇ ਜਾਣ ਕੇ ਨਾ ਪਿਆਲਾ ਛੱਡ ਦਿੱਤਾ ਪਿਆਲਾ ਗਿਰਾ ਦਿੱਤਾ ਪਿਆਲਾ ਟੁੱਟ ਗਿਆ ਜ਼ਮੀਨ ਤੇ ਡਿੱਗਾ ਤੇ ਮੇਰੇ ਆਕਾ ਅਲੈਹਿ ਸਲਾਮ ਗੁੱਸਾ ਤੇ ਬਣਦਾ ਸੀ ਪਰ ਨਬੀ ਨੇ ਕੀਤਾ ਜੱਗਾਂ ਦੇ ਪੀਰ ਰੱਬ ਦੇ ਹਬੀਬ ਜਨਾਬ ਮੁਹੰਮਦ ਮੇਰੇ ਆਕਾ ਫਰਮਾਉਂਦੇ ਨੇ ਆਸ਼ਾ ਹੁਣ ਇਹ ਪਿਆਲਾ ਟੁੱਟਿਆ ਹੋਇਆ ਤੂੰ ਰੱਖੇਂਗੀ ਤੇ ਤੇਰਾ ਨਵਾਂ ਪਿਆਲਾ ਹਫਸਾ ਦੇ ਘਰ ਜਾਏਗਾ
ਮੇਰੇ ਆਕਾ ਨੇ ਗੁੱਸਾ ਨਹੀਂ ਕੀਤਾ, ਡਾਂਟਿਆ ਨਹੀਂ। ਮਰਦ ਨਾ ਜਿਹੜਾ ਖਾਮਦ ਹੈ ਉਹਦੀਆਂ ਜ਼ਿੰਮੇਵਾਰੀਆਂ ਬੜੀਆਂ ਜ਼ਿਆਦਾ ਹੁੰਦੀਆਂ। ਉਹਨੇ ਭੈਣਾਂ ਨੂੰ ਵੀ ਮੈਨੇਜ ਕਰਨਾ ਹੈ, ਮਾਂ ਨੂੰ ਵੀ ਮੈਨੇਜ ਕਰਨਾ ਹੈ ਤੇ ਬੀਵੀ ਨੂੰ ਵੀ ਮੈਨੇਜ ਕਰਨਾ। ਇਹ ਨਹੀਂ ਕਿ ਬੀਵੀ ਦੇ ਪਿੱਛੇ ਲੱਗ ਕੇ ਮਾਂ ਨਾਲ ਲੜ ਪਿਆ, ਜਾਂ ਮਾਂ ਦੀਆਂ ਬਾਤਾਂ 'ਚ ਪਿਆਰ 'ਚ ਆ ਕੇ ਬੀਵੀ ਨੂੰ ਕੁੱਟ ਛੱਡਿਆ, ਜਾਂ ਭੈਣਾਂ ਦੀ ਮੁਹੱਬਤ 'ਚ ਆ ਕੇ ਬੀਵੀ ਨਾਲ। ਨਹੀਂ, ਉਹ ਕਸੂਰ ਜਿਹਦਾ ਵੀ ਹੈ, ਗਲਤੀ ਜਿਹਦੀ ਵੀ ਹੈ, ਤੈਨੂੰ ਅਕਲਮੰਦ ਹੋਣਾ ਪੈਗਾ। ਤੂੰ ਸਾਰਿਆਂ ਨੂੰ ਉਹਨਾਂ ਦੇ ਹੱਕ ਹਕੂਕ ਦੇ ਕੇ ਰਾਜ਼ੀ ਰੱਖਣਾ। ਤੇਰੀ ਭੈਣ ਹੈ, ਤੇਰੀ ਮਾਂ ਤੈਨੂੰ ਪਿਆਰੀ ਹੈ, ਤੇ ਤੇਰੇ ਘਰ ਆਉਣ ਵਾਲੀ ਵੀ ਕਿਸੇ ਦੀ ਬੇਟੀ ਹੈ, ਕਿਸੇ ਦੀ ਭੈਣ ਹੈ। ਕੋਈ ਗੁੱਸਾ ਨਹੀਂ। ਆਕਾ ਫਰਮਾਉਂਦੇ ਨੇ, ਇਹ ਪਿਆਲਾ ਚੁੱਕੋ, ਉਹਨੂੰ ਮੇਰੇ ਮੁਸਤਫਾ ਨੇ ਜੋੜਿਆ, ਐਸਾ ਆ ਪਿਆਲਾ ਹੁਣ ਤੂੰ ਰੱਖ, ਤੇਰਾ ਨਵਾਂ ਪਿਆਲਾ ਹਫਸਾ ਦੇ ਘਰ ਜਾਏਗਾ। ਅੱਗੋਂ ਤੋਂ ਬੀਵੀ ਇੰਜ ਦੇ ਕੋ ਹਰਕਤ ਕੋ ਕੰਮ ਇੰਜ ਦਾ ਸੋਚ ਸਮਝ ਕੇ ਕਰੇਗੀ ਨਾ, ਕਿਉਂਕਿ ਮੇਰੇ ਆਕਾ ਨੇ ਤਰਬੀਅਤ ਐਸੀ ਫਰਮਾ ਦਿੱਤੀ ਹੈ। ਜੱਗਾਂ ਦੇ ਪੀਰ ਰੱਬ ਦੇ ਹਬੀਬ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਪਿਆਰ ਬੜਾ ਮੁਸਤਫਾ ਨੂੰ ਆਪਣੀ ਇਸ ਸੌਜਾ ਨਾਲ। ਆਕਾ ਹਕੂਕ ਸਾਰੀਆਂ ਦੇ ਬਰਾਬਰ ਅਦਾ ਕਰਦੇ ਨੇ, ਅਦਲੋ ਇਨਸਾਫ ਵੀ ਕਰਿਆ ਕਰਦੇ ਨੇ, ਲੇਕਿਨ ਮੇਰੇ ਆਕਾ ਤੋਂ ਆਮ ਫਰਮਾਇਆ ਕਰਦੇ ਸੀ, ਅੱਲਾ ਸੋਹਣਿਆ ਮੇਰਾ ਦਿਲ ਸਿਆਦਾ ਐਸ਼ਾ ਵੱਲ ਮਾਇਲ, ਮੈਂ ਇਨਸਾਫ ਕਰਨਾ, ਅੱਲਾ ਦਿਲ ਦਾ ਤੇਰੇ ਇਖਤਿਆਰ ਦੇ ਅੰਦਰ, ਮਾਲਕਾ ਮੇਰੀ ਪਕੜ ਨਾ ਫਰਮਾ ਲੈਣਾ, ਦਿਲ ਦਾ ਮਾਮਲਾ ਅੱਲਾ ਦੀ ਜ਼ਾਤ ਦੇ ਇਖਤਿਆਰ ਦੇ ਅੰਦਰ। ਇੱਕ ਨਾ ਨਬੀ ਤਾਂ ਹਮਸਾਇਆ ਸਾਲਨ ਬਣਾਉਂਦਾ ਹੈ, ਬੜਾ ਸੋਹਣਾ ਖਾਣਾ ਬਣਾਉਂਦਾ ਹੈ, ਫਾਰਸੀ ਬੰਦਾ ਹੈ। ਇੱਕ ਦਿਨ ਨਾ ਮੇਰੇ ਆਕਾ ਦੇ ਕੋਲ ਆ ਕੇ ਕਹਿਣ ਲੱਗਾ, ਸੁਣਿਆ ਮੈਂ ਤੁਹਾਡੀ ਦਾਵਤ ਪਕਾਈ ਹੈ, ਆਓ ਚੱਲੋ ਮੇਰੇ ਘਰ ਖਾਣਾ ਖਾ ਲਓ। ਤੇ ਮੇਰੇ ਆਕਾ ਦੇ ਕੋਲ ਮੈਸ਼ਾਂ ਵੀ ਬੈਠੀਆਂ ਨੇ, ਆਕਾ ਫਰਮਾਉਂਦੇ ਨੇ ਇਹ ਵੀ ਮੇਰੇ ਨਾਲ ਆਏਗੀ ਕਿ ਨਹੀਂ। ਫਰਮਾਇਆ ਨਹੀਂ, ਤੁਹਾਡੀ ਕੱਲਿਆਂ ਦੀ ਦਾਵਤ ਹੈ। ਮੇਰੇ ਮੁਸਤਫਾ ਫਰਮਾਉਂਦੇ ਨੇ ਫਿਰ ਮੈਂ ਨਹੀਂ ਆਉਣਾ, ਫਿਰ ਮੈਂ ਨਹੀਂ ਆਉਣਾ। ਦੁਬਾਰਾ ਦਾਵਤ ਦਿੰਦਾ, ਸੋਹਣਿਆ ਤੁਹਾਡਾ ਖਾਣਾ ਬਣਾਇਆ, ਦਾਵਤ ਕੀਤੀ ਹੈ, ਮੇਰੇ ਘਰ ਆਓ। ਆਕਾ ਫਰਮਾਉਂਦੇ ਨੇ ਐਸ਼ਾ ਮੇਰੇ ਕੋਲ ਬੈਠੀ ਹੈ, ਮੇਰੀ ਬੀਵੀ ਹੈ, ਇਹਨੂੰ ਵੀ ਦਾਵਤ। ਬੰਦਾ ਕਹਿਣ ਲੱਗਾ, ਜੀ ਨਹੀਂ ਤੁਹਾਡੀ ਇਕੱਲਿਆਂ ਦੀ ਦਾਵਤ ਹੈ। ਆਕਾ ਫਰਮਾਉਂਦੇ ਨੇ ਨਹੀਂ 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 ਮੈਂ ਨਹੀਂ ਆਉਣਾ। ਫਿਰ ਤੀਸਰੀ ਵਾਰ ਦਾਵਤ ਦਿੰਦਾ ਹੈ, ਆਕਾ ਫਿਰ ਪੁੱਛਦੇ ਨੇ ਐਸ਼ਾ ਵੀ ਆ ਰਹੀ ਹੈ? ਕਹਿਣ ਲੱਗਾ, ਜੀ ਆ ਰਹੀ ਹੈ, ਤੁਸੀਂ ਦੋਵੇਂ ਹੀ ਆ ਰਹੇ ਹੋ। ਮੇਰੇ ਆਕਾ ਦਾਵਤ ਦੇ ਕਹਿਣੇ ਇਹ ਨਹੀਂ ਕਿ ਕੱਲੇ ਹੀ ਉੱਠ ਕੇ ਚਲੇ ਗਏ ਨੇ, ਬਲਕਿ ਆਕਾ ਕਹਿਣੇ ਤੇ ਵਿਦ ਫੈਮਿਲੀ ਗਏ, ਬੀਵੀ ਨੂੰ ਨਾਲ ਲੈ ਕੇ ਗਏ। ਮਾਲੂਮ ਕੀ ਹੋਇਆ ਕਿ ਬਾਹਰ ਨੂੰ ਅਗਰ ਕਿਸੇ ਨੇ ਕੋਈ ਇੰਤਜ਼ਾਮ ਕੀਤਾ ਹੈ, ਕੋਈ ਖਾਣੇ ਦਾ ਕੋਈ ਬਾਹਰ ਮੂਡ ਹੈ, ਪ੍ਰੋਗਰਾਮ ਹੈ, ਤੇ ਘਰ ਵਾਲੀਆਂ ਦਾ ਖਿਆਲ ਵੀ ਨਹੀਂ ਬੋਲਦੇ, ਰੱਖਣਾ ਚਾਹੀਦਾ ਕਿ ਨਹੀਂ ਭਾਈ ਜਾਨ? ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ, ਤੁਹਾਡੇ ਮੁਸਤਫਾ ਦੀ ਸੁਨਤ ਹੈ। ਨਹੀਂ ਤੇ ਮੇਰੇ ਆਕਾ ਕਹਿ ਸਕਦੇ ਸੀ, ਠੀਕ ਹੈ ਜੀ ਮੇਰੇ ਵਾਸਤੇ ਇੰਤਜ਼ਾਮ ਹੈ, ਮੈਨੂੰ ਦਾਵਤ ਹੈ। ਦੋ ਵਾਰੀ ਦੁਹਰਾ ਕੇ ਪੁੱਛਿਆ, ਉਹ ਕਹਿ ਰਿਹਾ ਇਕੱਲਿਆਂ ਦੀ ਦਾਵਤ ਹੈ। ਉਧਰ ਤੇ ਹੈ ਸੀ, ਪਰ ਮੇਰੇ ਮੁਸਤਫਾ ਨੇ ਫਰਮਾਇਆ ਐਸ਼ਾ ਹੁਣ ਕੋਲ ਬੈਠੀ ਹੈ, ਇਹ ਵੀ ਨਾਲ ਜਾਏਗੀ ਤੇ ਮੁਹੰਮਦ ਰਸੂਲੁੱਲਾ ਜਾਣਗੇ ਸੱਲੱਲਾਹੁ ਅਲੈਹਿ ਵਸੱਲਮ। ਮੇਰੇ ਮੁਸਤਫਾ ਅਲੈਹਿਸਲਾਮ ਮੁਹੱਬਤ ਫਰਮਾਇਆ ਕਰਦੇ, ਔਰ ਯਾਦ ਰੱਖੋ ਆਕਾ ਨੇ ਫਰਮਾਇਆ
ਖੈਰੁਕੁਮ ਖੈਰੁਕੁਮ ਲਿਅਹਲੀ ਵਾ ਅਨਾ ਖੈਰੁਕੁਮ ਲਿਅਹਲੀ, ਤੁਹਾਡੇ ਚੋਂ ਚੰਗਾ ਉਹ ਹੈ ਜਿਹੜਾ ਆਪਣੀ ਘਰਵਾਲੀ ਵਾਸਤੇ ਚੰਗਾ, ਔਰ ਮੈਂ ਮੁਹੰਮਦ ਤੁਹਾਡੇ ਸਾਰਿਆਂ ਨਾਲੋਂ ਵੱਧ ਕੇ ਚੰਗਾ। ਇਹ ਬੜੀ ਗਹਿਰੀ ਬਾਤ ਮੁਸਤਫਾ ਨੇ ਫਰਮਾਈ ਹੈ, ਚੰਗਾ ਉਹ ਹੈ ਜਿਹੜਾ ਬੀਵੀ ਵਾਸਤੇ ਚੰਗਾ ਹੈ। ਬਾਹਰ ਸਾਰੇ ਚੰਗੇ ਬਣ ਜਾਂਦੇ, ਘਰ ਦੇ ਅੰਦਰ ਚੰਗਾ ਹੋਣਾ ਇਹ ਹੈ ਅਸਲ। ਬਾਹਰ ਤਾਂ ਬੰਦਾ ਬੜਾ ਸੌਖਾ ਚੰਗਾ ਬਣ ਜਾਂਦਾ ਹੈ, ਮੈਂ ਤੁਹਾਡੇ ਸਾਹਮਣੇ ਆ ਕੇ ਬੜਾ ਚੰਗਾ ਬਣ ਸਕਦਾ, ਤੁਸੀਂ ਮੇਰੇ ਕੋਲ ਆ ਕੇ ਕਿਸੇ ਹੋਰ ਕੋਲ ਜਾ ਕੇ ਬੜੇ ਚੰਗੇ ਬਣ ਸਕਦੇ ਹਾਂ, ਪੂਰੀ ਐਕਟਿੰਗ ਹੋ ਸਕਦੀ ਹੈ। ਲੇਕਿਨ ਚੰਗਾ ਕੌਣ ਹੈ ਜਿਹੜਾ ਘਰ ਵਾਲਿਆਂ ਵਾਸਤੇ, ਬੀਵੀ ਬੱਚਿਆਂ ਵਾਸਤੇ ਚੰਗਾ ਹੈ? ਅੱਲਾਹ ਸਾਨੂੰ ਸਾਰਿਆਂ ਨੂੰ ਚੰਗਾ ਬਣਾ ਦੇ। ਮੁਸਤਫਾ ਫਰਮਾਉਂਦੇ ਨੇ ਮੈਂ ਸਾਰਿਆਂ ਨਾਲੋਂ ਚੰਗਾ, ਮੁਸਤਫਾ ਮੁਹੱਬਤ ਕਰਦੇ ਬੀਵੀਆਂ ਨਾਲ। ਨਬੀ ਪਾਕ ਜਨਾਬੇ ਮੁਹੰਮਦ ਸੱਲੱਲਾ ਸੱਲਮ ਫਰਮਾਉਂਦੇ ਨੇ, ਹੁਬੀ ਬਾਈ ਲਈ ਮਿਨ ਦੁਨੀਆ ਸਲਾਸ, ਮੈਨੂੰ ਦੁਨੀਆ ਦੀਆਂ ਤਿੰਨ ਚੀਜ਼ਾਂ ਨਾਲ ਪਿਆਰ ਹੈ, ਕਿਹੜੀ? ਅਸਲਾਮ ਮੇਰੀਆਂ ਅੱਖਾਂ ਦੀ ਠੰਡਕ ਰੱਖ ਦਿੱਤੀ ਹੈ। ਕੋਈ ਮਾਮਲਾ ਹੁੰਦਾ ਕਰ ਨਮਾਜ਼ ਪੜ੍ਹਦੇ, ਖੁਸ਼ੀ ਹੁੰਦੀ ਆਕਾ ਨਮਾਜ਼ ਪੜ੍ਹਦੇ, ਗਮੀ ਹੁੰਦੀ ਨਮਾਜ਼ ਪੜ੍ਹ ਕੇ ਮਦਦ ਮੰਗਦੇ, ਹਾਲਾਤ ਔਖੇ ਮੁਸ਼ਕਲ ਹੁੰਦੇ ਆਕਾ ਨਮਾਜ਼ ਪੜ੍ਹਦੇ, ਸਫ਼ਰ ਤੋਂ ਵਾਪਸ ਆਉਂਦੇ ਪਹਿਲੇ ਮਸਜਿਦ ਜਾ ਕੇ ਦੋ ਰਕਤਾਂ ਪੜ੍ਹਦੇ, ਸੂਰਜ ਗ੍ਰਹਿਣ ਹੋ ਜਾਂਦਾ ਆਕਾ ਨਮਾਜ਼ ਪੜ੍ਹਦੇ, ਨਬੀ ਪਾਕ ਮਦੀਨੇ ਚ ਕੋ ਅੰਧੇਰੀ ਬਾਦਲ ਤੂਫਾਨ ਆ ਜਾਂਦਾ ਆਕਾ ਨਮਾਜ਼ ਪੜ੍ਹਦੇ, ਕੋਈ ਮਾਮਲਾ ਬਣਦਾ ਤੇ ਆਕਾ ਨਮਾਜ਼ ਪੜ੍ਹਦੇ, ਨਮਾਜ਼ ਪੜ੍ਹ ਕੇ ਅੱਲਾਹ ਕੋਲੋਂ ਮਦਦ ਮੰਗਦੇ। ਆਕਾ ਇਸਲਾਮ ਬਿਲਾਲ ਨੂੰ ਫਰਮਾਇਆ ਕਰਦੇ ਸੀ, ਅਰੇਹ ਨਾਮ ਬਿਸਲਾਮ, ਬਿਲਾਲ ਪਰੇਸ਼ਾਨੀ ਪਰੇਸ਼ਾਨੀ ਬਣ ਗਈ ਹੈ, ਜਾ ਅਜ਼ਾਨ ਪੜ ਅਸੀਂ ਨਮਾਜ਼ ਪੜਾਂਗੇ, ਅੱਲਾਹ ਸਾਡੇ ਦਿਲਾਂ ਨੂੰ ਸਕੂਨ ਦੇ ਦੇਵੇਗਾ। ਆਕਾ ਫਰਮਾਉਂਦੇ ਨੇ ਮੈਨੂੰ ਦੁਨੀਆ ਦੀਆਂ ਤਿੰਨ ਚੀਜ਼ਾਂ ਨਾਲ ਬੜਾ ਪਿਆਰ ਹੈ, ਮੈਨੂੰ ਨਮਾਜ਼ ਨਾਲ ਬੜੀ ਮੁਹੱਬਤ ਹੈ, ਮੈਨੂੰ ਖੁਸ਼ਬੂ ਨਾਲ ਬੜਾ ਪਿਆਰ ਹੈ, ਤੇ ਮੈਨੂੰ ਆਪਣੀਆਂ ਬੀਵੀਆਂ ਨਾਲ ਵੀ ਬੜਾ ਪਿਆਰ ਹੈ, ਮੈਨੂੰ ਆਪਣੀਆਂ ਅਜ਼ਵਾਜੇ ਮੁਤਹਰਾਤ ਦੇ ਨਾਲ ਬੜੀ ਮੁਹੱਬਤ ਹੈ, ਜਿਨ੍ਹਾਂ ਦੇ ਬਾਰੇ ਰਹਿਮਾਨ ਕਹਿ ਰਿਹਾ ਅਨਬੀ ਔਲਾ ਬਿਲ ਮੁਮਿਨੀਨਾ ਮਿਨ ਅਨਫੁਸਿਹਿਮ ਵਾ ਅਜ਼ਵਾਜੁਹੁ ਉਮਮਾਤੁਹੁਮ, ਨਬੀ ਦੀਆਂ ਬੀਵੀਆਂ ਮੋਮਿਨਾਂ ਦੀਆਂ ਮਾਵਾਂ ਨੇ। ਸੁਬਹਾਨ ਅੱਲਾ ਸੁਬਹਾਨ ਅੱਲਾ, ਨਬੀ ਪਾਕ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਆਪਣੀਆਂ ਬੀਵੀਆਂ ਨਾਲ ਮਜ਼ਾਹ ਵੀ ਫਰਮਾ ਲਿਆ ਕਰਦੇ, ਮਜ਼ਾਹ ਵੀ ਆਕਾ ਕਰਿਆ ਕਰਦੇ। ਇੱਕ ਦਿਨ ਨਾ ਅੰਮਾ ਆਇਸ਼ਾ ਸਿੱਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ ਇਹਨਾਂ ਦੇ ਬਾਪ ਅਬੂ ਬਕਰ ਗੁੱਸੇ ਆ ਜਾ ਗਿਆ, ਗੁੱਸੇ ਚ ਆ ਕੇ ਅੰਮਾ ਆਇਸ਼ਾ ਨੂੰ ਥੱਪੜ ਮਾਰਨਾ ਚਾਹੁੰਦੇ ਨੇ। ਆਖਰ ਉੱਧਰ ਬਾਪ ਦੇ ਇੱਧਰ ਬੇਟੀ ਦਾ ਮਾਮਲਾ ਹੈ, ਬਾਪ ਬੇਟੀ ਦਾ ਮਸਲਾ ਹੋਇਆ, ਅਬੂ ਬਕਰ ਆਪਣੀ ਬੇਟੀ ਨੂੰ ਥੱਪੜ ਮਾਰਨਾ ਚਾਹੁੰਦੇ ਨੇ, ਤੇ ਨਬੀ ਪਾਕ ਅਲੈਹਿਸਲਾਮ ਵਿਚਕਾਰ ਹੋ ਕੇ ਅੰਮਾ ਆਇਸ਼ਾ ਨੂੰ ਉੱਧਰ ਕੀਤਾ ਤੇ ਅਬੂ ਬਕਰ ਨੂੰ ਪਰੇ ਕੀਤਾ, ਤੇ ਬਾਅਦ ਵਿੱਚ ਮੇਰੇ ਆਕਾ ਫਰਮਾਉਂਦੇ ਨੇ ਆਇਸ਼ਾ ਵੇਖ ਲਈ ਮੈਂ ਅਬੂ ਬਕਰ ਕੋਲੋਂ ਤੈਨੂੰ ਬਚਾ ਲਿਆ, ਥੱਪੜ ਵੱਜਣ ਤੋਂ ਤੈਨੂੰ ਬਚਾ ਲਿਆ, ਮਾਮਲਾ ਰਫਾ ਦਫਾ ਹੋ ਗਿਆ, ਗੱਲ ਮੁੱਕ ਗਈ। ਫਿਰ ਕਿਸੇ ਦਿਨ ਅਬੂ ਬਕਰ ਆਏ ਨੇ, ਆ ਕੇ ਵੇਖਿਆ ਨਬੀ ਪਾਕ ਤੇ ਅੰਮਾ ਆਇਸ਼ਾ ਮੁਸਕਰਾ ਰਹੇ ਨੇ। ਸੁਬਹਾਨ ਅੱਲਾਹ, ਸੁਬਹਾਨ ਅੱਲਾਹ, ਅੱਲਾਹ ਸਾਡੇ
ਸਾਡੇ ਘਰਾਂ ਚ ਵੀ ਮੀਆਂ ਬੀਵੀ ਦੇ ਅੰਦਰ ਫਿਦਾ ਪੈਦਾ ਫਰਮਾ। ਤਾਂ ਮੈਂ ਆਖਿਆ ਵੀ ਪੜੋ ਸੁਭਾਨ ਅੱਲਾ, ਅੱਲਾ ਸਾਡੇ ਘਰਾਂ ਚ ਵੀ ਜਿਦਾ ਮਾਹੌਲ ਪੈਦਾ ਫਰਮਾ ਦੇ, ਕਿਉਂਕਿ ਬਾਈ ਜਾਨ ਅਮਨ ਘਰਾਂ ਦਾ ਅਮਨ ਬੜਾ ਜ਼ਰੂਰੀ ਹੁੰਦਾ। ਇਬਰਾਹੀਮ ਅਲੈ ਸਲਾਮ ਨੇ ਬੀਵੀ ਬੱਚਿਆਂ ਨੂੰ ਛੱਡ ਕੇ ਜਿਹੜੀ ਅੱਲਾ ਕੋਲੋਂ ਦੁਆਵਾਂ ਮੰਗੀਆਂ ਨੇ ਨਾ, ਪਹਿਲੇ ਅਮਨ ਮੰਗਿਆ ਤੇ ਫਿਰ ਅੱਲਾ ਕੋਲੋਂ ਰਿਜ਼ਕ ਮੰਗਿਆ। ਘਰ ਚ ਜਿੰਨਾ ਮਰਜ਼ੀ ਰਿਜ਼ਕ ਹੋਏ, ਤੁਸੀਂ ਸਿਆਣੇ ਬੰਦੇ ਹੋ, ਜਿੰਨਾ ਮਰਜ਼ੀ ਰਿਜ਼ਕ ਹੋਏ, ਜੇ ਮੀਆਂ ਬੀਵੀ ਦੇ ਦਰਮਿਆਨ ਅਮਨ ਨਹੀਂ ਨਾ, ਪਿਆਰ ਨਹੀਂ, ਤੇ ਉਸ ਰਿਜ਼ਕ ਦਾ ਦੌਲਤ ਦਾ ਫਾਇਦਾ ਹੀ ਕੋਈ ਨਹੀਂ। ਤੇ ਜੇ ਰੁੱਖੀ ਸੁੱਕੀ ਖਾ ਕੇ ਅਮਨ ਹੈ, ਸਕੂਨ ਹੈ, ਪਿਆਰ ਹੈ, ਮੁਹੱਬਤ ਦੀ ਜ਼ਿੰਦਗੀ ਬਸਰ ਕਰ ਰਹੇ ਨੇ, ਅੱਲਾ ਦੀ ਬੜੀ ਰਹਿਮਤ ਹੈ। ਇਸ ਵਾਸਤੇ ਦੁਆ ਫਰਮਾਓ ਕਿ ਅੱਲਾ ਸਾਡੇ ਘਰਾਂ ਅੰਦਰ ਅਮਨ ਸਕੂਨ ਪੈਦਾ ਫਰਮਾ ਦੇ। ਜਿਹੜੀਆਂ ਬੇਟੀਆਂ ਭੈਣਾਂ ਆਪਣੇ ਪੇਕਿਆਂ ਤੇ ਦੁਖੀ ਨੇ, ਅੱਲਾ ਸੁੱਖ ਨਸੀਬ ਫਰਮਾ ਦੇ। ਮੇਰੇ ਆਕਾ ਦੀ ਸਲਾਤੁ ਵਸਲਾਮ ਆਏ ਵੇਖਿਆ, ਸਿੱਦੀਕ ਆਏ ਵੇਖਿਆ, ਨਬੀ ਵੀ ਮੁਸਕਰਾ ਰਹੇ ਨੇ, ਬੇਟੀ ਆਇਸ਼ਾ ਵੀ ਮੁਸਕਰਾ ਰਹੀ ਹੈ। ਅਬੂ ਬਕਰ ਫਰਮਾਉਂਦੇ ਨੇ, ਅੱਜ ਮੈਨੂੰ ਆਪਣੀ ਸੁਲਾਹ 'ਚ ਵੀ ਸ਼ਰੀਕ ਕਰੋ ਜਿਵੇਂ ਉਸ ਦਿਨ ਮੈਨੂੰ ਆਪਣੇ ਗੁੱਸੇ 'ਚ ਸ਼ਰੀਕ ਕੀਤਾ ਜੇ। ਯਾਨੀ ਹੁਣ ਇਕੱਲੇ ਇਕੱਲੇ ਹੱਸਣ ਰਹੇ ਹੋ, ਮੈਨੂੰ ਵੀ ਨਾਲ ਸ਼ਾਮਲ ਕਰੋ। ਜੱਗਾਂ ਦੇ ਪੀਰ ਰੱਬ ਦੇ ਹਬੀਬ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਇਹੋ ਬੀਵੀ ਹੈ, ਦੁਨੀਆ ਆਖਰਤ ਚ ਆਪ ਦੀ ਬੀਵੀ ਹੈ, ਸਭ ਤੋਂ ਪਿਆਰੀ ਤੇ ਲਾਡਲੀ ਬੀਵੀ ਹੈ, ਹਾਫਿਜ਼ਾ ਮੁਹੱਦਿਸਾ ਮੁਸੱਕੀਆ ਬੀਵੀ ਹੈ, ਨਬੀ ਪਾਕ ਦੀਆਂ ਹਦੀਸਾਂ ਦੀ ਰਾਵੀ ਹੈ। ਬੜੇ ਬੜੇ ਨਿੱਜੀ ਮਸਾਇਲ ਅੰਮਾ ਆਇਸ਼ਾ ਨੇ ਉਮਤ ਤੱਕ ਪਹੁੰਚਾਏ। ਰਸੂਲੁੱਲਾ ਦੀ ਨਿੱਜੀ ਜ਼ਿੰਦਗੀ ਅੰਮਾ ਆਇਸ਼ਾ ਨੇ ਬੜੀ ਹੱਦ ਤੱਕ ਬਿਆਨ ਫਰਮਾਈ। ਇਹ ਤੇ ਮੀਆਂ ਬੀਵੀ ਦਾ ਤਾਲੁਕ ਹੈ ਨਾ, ਫਿਰ ਇਨਸ਼ਾਅੱਲਾ ਕਿਸੇ ਮੌਕੇ ਤੇ ਅੰਮਾ ਆਇਸ਼ਾ ਤੇ ਇਲਮ ਦੀ ਬਾਤ ਵੀ ਹੋਏਗੀ। ਬਹੁਤ ਬੜੀ ਆਲਮਾ, ਅਹਾਦੀਸ ਦੀ ਰਾਵੀਆ। ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ, ਸਹਾਬਾ ਦੇ ਦਰਮਿਆਨ ਉਹ ਮਸਾਇਲ ਅਗਰ ਡਿਸਕਸ ਹੁੰਦੇ, ਕੋਈ ਤਨਾਜ਼ਾ ਹੁੰਦਾ, ਤੇ ਆ ਕੇ ਅੰਮਾ ਆਇਸ਼ਾ ਦੇ ਕੋਲੋਂ ਮਸਲਾ ਪੁੱਛਦੇ ਕਿ ਅੰਮਾ ਜੀ ਇਸ ਮਸਲੇ 'ਚ ਫਸ ਗਏ ਹਾਂ, ਦੱਸੋ ਇਹਦਾ ਹੱਲ ਕੀ ਹੈ। ਅੰਮਾ ਆਇਸ਼ਾ ਉਹਨੇ ਕਿ ਜਿਹਨਾਂ ਡਾਇਰੈਕਟ ਰਸੂਲ ਅੱਲਾਹ ਕੋਲੋਂ ਸੁਣਿਆ, ਘਰ ਦੇ ਮਾਮਲਾਤ ਦੇਖੇ, ਹੁਸਨ ਦੇ ਮਸਾਇਲ, ਜਨਾਬਤ ਦੇ ਮਸਾਇਲ, ਮੀਆਂ ਬੀਵੀ ਦੇ ਮਸਾਇਲ ਅਕਸਰੀਅਤ ਅੰਮਾ ਆਇਸ਼ਾ ਨੇ ਬਿਆਨ ਫਰਮਾਏ। ਕਿਉਂ? ਇਸ ਤਰ੍ਹਾਂ ਦੇ ਮਾਮਲਾਤ ਇੱਕ ਬੀਵੀ ਨਾਲੋਂ ਜ਼ਿਆਦਾ ਵਜ਼ਾਹਤ ਦੇ ਨਾਲ ਕੋਈ ਬਿਆਨ ਨਹੀਂ ਕਰ ਸਕਦਾ। ਇੱਕ ਬੀਬੀ ਆਈ ਰਸੂਲੁੱਲਾ ਸੱਲਮ ਕੋਲ, ਆ ਕੇ ਨਾ ਹੈਜ਼ ਦੇ ਮੁਤਲਕ ਕੋਈ ਮਸਲਾ ਦਰਿਆਫਤ ਕੀਤਾ, ਆਗਾ ਕਿਵੇਂ ਪਾਕੀ ਹਾਸਲ ਕੀਤੀ ਜਾਏਗੀ। ਨਬੀ ਪਾਕ ਅਲੀ ਸਲਾਤੁ ਵਸਲਾਮ ਨੇ ਦੱਸਿਆ, ਬੀਬੀ ਨੂੰ ਸਮਝ ਨਾ ਆਈ, ਫਿਰ ਪੁੱਛਦੀ ਹੈ। ਮੁਸਤਫਾ ਅਲੀ ਸਲਾਮ ਸ਼ਰਮਾ ਰਹੇ ਨੇ, ਬੀਬੀ ਫਿਰ ਮਸਲਾ ਪੁੱਛਦੀ ਹੈ ਜੀ, ਕਿਵੇਂ ਹੋਏਗਾ ਪਾਕੀ, ਕਿਵੇਂ ਹਾਸਲ ਕਰਨੀ ਹੈ। ਨਬੀ ਪਾਕ ਨਾਲੇ ਫਿਤਰਤ ਹੈ ਨਾ, ਇੱਕ ਔਰਤ ਨੂੰ ਮਸਲਾ ਦੱਸ ਰਹੇ ਨੇ, ਹੈ ਵੀ ਸ਼ਰਮੋ ਹਯਾ ਵਾਲਾ, ਤੇ ਨਬੀ ਪਾਕ ਅਲੈ ਸਲਾਮ ਤੇ ਬੜੀ ਹਯਾ ਵਾਲੇ ਨੇ, ਮੁਸਤਫਾ ਸ਼ਰਮਾ ਰਹੇ ਨੇ, ਤੇ ਅੰਮਾ ਆਇਸ਼ਾ ਵੀ ਕੋਲ ਬੈਠੀਆਂ ਨੇ, ਬਾਂਹ ਤੋਂ ਪਾ ਲਿਆ। ਫਰਮਾਉਂਦੀਆਂ ਨੇ, ਆਪ ਤੈਨੂੰ ਮੈਂ ਚੰਗੀ ਤਰ੍ਹਾਂ ਸਮਝਾਉਂਦੀ ਹਾਂ, ਨਬੀ ਪਾਕ ਨੂੰ ਅੱਜ ਮੈਸੇਜ ਪਾਇਆ ਹੀ। ਯਾਨੀ ਖਵਾਤੀਨ ਦੇ ਮਸਾਇਲ ਅੰਮਾ ਆਇਸ਼ਾ ਨੇ ਹੱਲ ਫਰਮਾਏ ਨੇ। ਸਾਨੂੰ ਵੀ ਚਾਹੀਦਾ ਆਪਣੀਆਂ ਬੀਵੀਆਂ ਬੇਟੀਆਂ ਦੀ ਦੀਨੀ ਤਾਲੀਮੋ ਤਰਬੀਅਤ ਦਾ ਕੋਈ ਨਾ ਕੋਈ ਇੰਤਜ਼ਾਮ ਕਰੀਏ, ਉਹਨਾਂ ਨੂੰ ਮਸਾਇਲ ਦਾ ਇਲਮ ਹੋਏ, ਆਗਾਹੀ ਹੋਏ। ਵਗਰਨਾ ਮਾਫ ਕਰਨਾ,
ਦਸ ਦਸ ਬੱਚੇ ਹੋ ਜਾਂਦੇ ਨੇ, ਔਰਤਾਂ ਨੂੰ ਗੁਸਲੇ ਜਨਾਬਤ ਨਹੀਂ ਆਉਂਦਾ। ਕਿਉਂ? ਸਾਡਾ ਮੁਆਸ਼ਰਾ ਹੈ ਬਾਜ਼ਾਰ ਦੀ ਇਜਾਜ਼ਤ ਹੈ, ਸ਼ਾਦੀ ਹਾਲ ਚ ਜਾਣ ਦੀ ਇਜਾਜ਼ਤ ਹੈ, ਮਸਜਿਦ ਚ ਨਹੀਂ ਜਾ ਸਕਦੀ, ਈਦ ਵਾਸਤੇ ਨਹੀਂ ਜਾ ਸਕਦੀ, ਜੁਮਾ ਪੜ੍ਹਨ ਨਹੀਂ ਜਾ ਸਕਦੀ। ਭਾਈ ਕਿਹੜਾ ਦੀਨ ਹੈ ਜਿਹੜਾ ਬਾਜ਼ਾਰ ਦੀ ਤੇ ਇਜਾਜ਼ਤ ਦੇਵੇ, ਸ਼ਾਦੀ ਹਾਲ ਦੀ ਔਰ ਸ਼ੋਪਿੰਗ ਮੌਲਾਂ ਦੀ ਇਜਾਜ਼ਤ ਦੇਵੇ ਤੇ ਦੀਨ ਦੀ ਇਜਾਜ਼ਤ ਨਾ ਦੇਵੇ? ਦੀਨ ਤੋਂ ਅਸਾਂ ਆਪ ਦੂਰ ਰੱਖੇ। ਖਵਾਤੀਨ ਨੂੰ ਮਸਜਿਦ ਦੇ ਅੰਦਰ ਲਿਆਂਦਾ ਜਾ, ਦੀਨੀ ਪ੍ਰੋਗਰਾਮਾਂ ਦੇ ਅੰਦਰ ਭੇਜਿਆ ਜਾ, ਤਾਂ ਕਿ ਦੀਨ ਸਮਝੇ, ਦੀਨ ਪੜ੍ਹਾਇਆ ਜਾਏ, ਦੀਨੀ ਕਿਤਾਬਾਂ ਕਰ ਰੱਖੀਆਂ ਜਾ। ਸ਼ਾਦੀਆਂ ਤੋਂ ਪਹਿਲੇ ਬੱਚੀਆਂ ਨੂੰ ਕਿਤਾਬ ਨਿਕਾਹ ਪੜ੍ਹਾਈ ਜਾਏ, ਬੱਚੀਆਂ ਦੇ ਖਾਸ ਔਰਤਾਂ ਦੇ ਖਵਾਤੀਨ ਦੇ ਮਸਾਇਲ ਉਹ ਪੜ੍ਹਾਏ ਜਾਣ, ਸਮਝਾਏ ਜਾਣ। ਅੰਮਾ ਐਸਾ ਦੀ ਜ਼ਿੰਦਗੀ ਨਮੂਨਾ ਹੈ, ਉਸਵਾ ਹਸਨਾ ਹੈ। ਔਰ ਆਓ ਆਖਰੀ ਗੱਲ ਕਰੀਏ ਤੇ ਗੱਲ ਖਤਮ ਹੈ। ਜੱਗਾਂ ਦੇ ਬੀਰ ਰੱਬ ਦੇ ਹਬੀਬ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਇਸ ਬੀਵੀ ਨਾਲ ਲਾੜ ਪਿਆਰ ਬੜੇ ਨੇ, ਅੱਲਾ ਦੀ ਤਰਫੋਂ ਸਪੈਸ਼ਾਂ ਵੀ ਆ ਜਾਂਦੀਆਂ ਨੇ, ਪਰੇਸ਼ਾਨੀਆਂ ਵੀ ਬਣ ਜਾਂਦੀਆਂ ਨੇ। ਨਬੀ ਪਾਕ ਅਲੈਹਿਸਸਲਾਮ ਦੀ ਆਦਤ ਮੁਬਾਰਕਾ ਸੀ, ਆਕਾ ਕਿਸੇ ਸਫ਼ਰ ਤੇ ਜਾਂਦੇ, ਆਕਾ ਬੀਵੀਆਂ ਦੇ ਦਰਮਿਆਨ ਕੁਰਾ ਪਾਇਆ ਕਰਦੇ, ਜਿਸ ਬੀਬੀ ਦਾ ਕੁਰਾ ਨਿਕਲਦਾ ਆਕਾ ਉਹਨੂੰ ਸਫ਼ਰ ਤੇ ਲੈ ਕੇ ਜਾਂਦੇ। ਕਿੱਥੇ ਲੈ ਕੇ ਜਾਂਦੇ? ਬੋਲਦੇ ਨਹੀਂ ਜੀ, ਦੂਜੇ ਅਲਫਾਜ਼ ਵਿੱਚ ਬੋਟਿੰਗ ਤੇ ਲੈ ਕੇ ਜਾਂਦੇ, ਸੈਰੋ ਸਿਆਹਤ ਵਾਸਤੇ ਲੈ ਕੇ ਨਬੀ ਪਾਕ ਜਾਇਆ ਕਰਦੇ। ਔਰਤ ਬਾਪ ਪਰਦਾ ਤੇ ਭਾਵੇਂ ਮਰੀ ਦੀ ਸੈਰ ਕਰਾ ਲਿਓ, ਜਿੱਥੋਂ ਮਰਦੀ ਉਹਨੂੰ ਫਰਾ ਕੇ ਲਾਇਓ, ਬਾਪ ਪਰਦਾ ਹੋ ਕੇ ਜਾਣ ਅੰਦਰ ਕੋਈ ਐਬ ਨਹੀਂ। ਆਕਾ ਜੰਗ ਤੇ ਜਾ ਰਹੇ ਨੇ, ਸਫ਼ਰ ਤੇ ਜਾ ਰਹੇ ਨੇ, ਵਾਰੀ ਸਿਰ ਜਿੰਦਾ ਪੂਰਾ ਨਿਕਲਦਾ, ਆਕਾ ਉਸ ਬੀਬੀ ਨੂੰ ਨਾਲ ਲੈ ਕੇ ਜਾਂਦੇ। ਆਪ ਸਾਰੀ ਦੁਨੀਆ ਫਿਰ ਲੈ ਤੇ ਬੀਬੀ ਘਰੋਂ ਬਾਹਰ ਨਹੀਂ ਨਿਕਲਣੀ, ਭਾਈ ਆਪਣੀ ਨਗਰਾਨੀ ਅੰਦਰ ਬਾਹ ਭਰਦਾ ਵਸਾਇਲ ਨੇ, ਆਪਣੀ ਗੱਡੀ ਦੇ ਅੰਦਰ ਬਿਠਾਣਾ, ਸੈਰ ਕਰਾਣਾ, ਕੋਈ ਮਾਨਿਅਤ ਨਹੀਂ। ਯਾਰਾਂ ਨਾਲ ਫਿਰੇਗਾ, ਪਤਾ ਨਹੀਂ ਕਿੱਥੋਂ ਕਿੱਥੋਂ ਜਨਾਬ ਖੁਜਰਾ ਬਾਰਡਰ ਧੋ ਕੇ ਆ ਜਾਏਗਾ ਤੇ ਬੀਬੀ ਨੂੰ ਇੱਥੋਂ ਲਾਹੌਰ ਤੱਕ ਨਹੀਂ ਲਿਜਾਏਗਾ, ਮਰੀ ਤੱਕ, ਇਸਲਾਮਾਬਾਦ ਤੱਕ ਸੈਰ ਨਹੀਂ। ਇਹ ਦੀਨ ਨਹੀਂ ਮੇਰੇ ਮੁਸਤਫਾ ਦਾ ਦੀਨ ਹੈ ਕਿ ਆਕਾ ਸਫ਼ਰ ਤੇ ਜਾਂਦੇ ਘਰ ਵਾਲੀਆਂ ਨੂੰ। ਨਬੀ ਪਾਕ ਅਜ਼ਵਾਬਾਂ ਨੂੰ ਮੁਸਤਲਕ ਵਾਸਤੇ ਜਾ ਰਹੇ ਨੇ ਤੇ ਨਬੀ ਪਾਕ ਨੇ ਕੁਰਾ ਪਾਇਆ ਤੇ ਅੰਮਾ ਆਇਸ਼ਾ ਸਿੱਦੀਕਾ ਸਾਡੀ ਮਾਂ ਦੇ ਨਾਮ ਦਾ ਕੁਰਾ ਨਿਕਲਿਆ। ਮੁਸਤਫਾ ਨੇ ਅੰਮਾ ਆਇਸ਼ਾ ਨੂੰ ਨਾਲ ਲਿਆ, ਸਵਾਰੀ ਬਿਠਾ ਦਿੱਤੀ ਗਈ, ਸਵਾਰੀ ਤੇ ਹੋਦ ਚ ਰੱਖ ਦਿੱਤਾ, ਇੱਕ ਡੋਲੀ ਬਣੀ ਹੁੰਦੀ ਹੈ, ਇਹਦੇ ਦਰਮਿਆਨ ਆਰ ਪਾਰ ਪਰਦੇ ਲੱਗੇ ਨੇ ਚਾਰ ਚੁਫੇਰੇ, ਅੰਦਰ ਔਰਤ ਬਹਿ ਗਈ, ਅੰਮਾ ਆਇਸ਼ਾ ਬਹਿ ਜਾਂਦੀਆਂ ਨੇ, ਸਵਾਰੀ ਨੂੰ ਡੋਲੀ ਨੂੰ ਚੁੱਕ ਕੇ ਸਵਾਰੀ ਤੇ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਮੰਜ਼ਲ ਬ ਮੰਜ਼ਲ ਸਫ਼ਰ ਹੋ ਰਿਹਾ ਹੈ। ਗਦਵੈ ਬਨੂ ਮੁਸਤਲਕ ਤੋਂ ਆਕਾ ਵਾਪਸ ਆ ਰਹੇ ਨੇ, ਇੱਕ ਜਗ੍ਹਾ ਤੇ ਪੜਾਓ ਡਾਲਿਆ ਹੈ। ਅੰਮਾ ਆਇਸ਼ਾ ਸਿੱਦੀਕਾ ਉੱਠੀਆਂ ਰਜ਼ੀ ਅੱਲਾਹ ਆਪਣੀ ਭੈਣ ਅਸਮਾ ਦੇ ਕੋਲੋਂ ਲੈ ਕੇ ਗਈਆਂ ਨੇ, ਆ ਰਹੀ ਆ ਤਨ ਮੰਗ ਕੇ ਉਧਾਰ ਲੈ ਕੇ ਗਈਆਂ ਨੇ, ਹਾਰ ਗੁੰਮ ਹੋ ਗਿਆ,
ਹਾਰ ਬੜਾ ਕੀਮਤੀ ਹੈ। ਅੰਮਾ ਜਾਨ ਫਿਰ ਵਾਪਸ ਚਲੀਆਂ ਗਈਆਂ ਉਹਨਾਂ ਰਸਤਿਆਂ ਤੇ ਜਿੱਧਰ ਗਈਆਂ ਵੇ, ਹਾਰ ਲੱਭਦੀਆਂ ਰਹੀਆਂ ਤਲਾਸ਼ ਕਰਦਿਆਂ ਕਰਦਿਆਂ ਟਾਈਮ ਲੱਗ ਗਿਆ। ਜ਼ਾਹਿਰ ਰਾਤ ਦਾ ਸੰਨਾਟਾ, ਰਾਤ ਦਾ ਅੰਧੇਰਾ, ਸਿਆਪਾ ਨੇ ਇਧਰੋਂ ਕਾਫਲਾ ਉਠਾ ਲਿਆ। ਹਰ ਰਹੀਲ ਦੀ ਆਵਾਜ਼ ਲੱਗ ਗਈ, ਚਲੋ ਕਾਫਲੇ ਵਾਲੇ ਉਹ ਚਲੀਏ। ਨਬੀ ਪਾਕ ਅਲੈਹਿ ਸਲਾਮ ਨੇ ਕਾਫਲਾ ਟੋਰ ਲਿਆ ਤੇ ਜਿੰਨਾ ਸਿਆਪਾ ਦੀ ਜ਼ਿੰਮੇਦਾਰੀ ਸੀ ਉਹਨਾਂ ਹੌਦ ਚ ਚੁੱਕਿਆ ਤੇ ਚੁੱਕ ਕੇ ਸਵਾਰੀ ਤੇ ਰੱਖ ਦਿੱਤਾ। ਪਤਾ ਕੋਈ ਨਹੀਂ ਲੱਗਿਆ ਅੰਮਾ ਐਸ਼ਾ ਵਿੱਚ ਹੈ ਕਿ ਕੋਈ ਨਾ। ਇਹਦੀਆਂ ਵਜੂਹਾਤ ਹਦੀਸ ਦੇ ਅੰਦਰ ਪਿਆਈਆਂ ਨੇ। ਔਰਤਾਂ ਉਸ ਜ਼ਮਾਨੇ ਦੀਆਂ ਦੁਬਲੀਆਂ ਪਤਲੀਆਂ, ਬਹੁਤਾ ਗੋਸ਼ਤ ਮਾਸ ਕੋਈ ਨਹੀਂ। ਵੈਸੇ ਵੀ ਅੰਮਾ ਐਸ਼ਾ ਦੀ ਉਮਰ ਹੀ ਥੋੜੀ ਹੈ, ਹੁਣ ਚਾਰ ਬੰਦੇ ਜੇ ਚੁੱਕ ਕੇ ਰੱਖਣ ਤੇ ਮਹਿਸੂਸ ਨਹੀਂ ਹੁੰਦਾ। ਕਾਫਲਾ ਟੁਰ ਪਿਆ, ਅੰਮਾ ਐਸ਼ਾ ਆਈਆਂ ਹਾਰ ਲੱਭ ਕੇ। ਆ ਕੇ ਵੇਖਿਆ ਕਾਫਲਾ ਜਾ ਚੁੱਕਿਆ। ਇੱਕ ਜਗ੍ਹਾ ਤੇ ਅੰਮਾ ਐਸ਼ਾ ਬਹਿ ਜਾਂਦੀਆਂ ਨੇ। ਇਹਨਾਂ ਤੇ ਪਤਾ ਸੀ ਕਾਫਲੇ ਦੇ ਪਿੱਛੇ ਕੋਈ ਨਾ ਕੋਈ ਬੰਦਾ ਤੇ ਹੋਏਗਾ। ਅਰਬ ਦਾ ਦਸਤੂਰ ਸੀ ਕਾਫਲਾ ਉੱਠਦਾ ਇੱਕ ਬੰਦਾ ਮਗਰੋਂ ਆਉਂਦਾ, ਕੋਈ ਚੀਜ਼ ਰਹਿ ਜਾਂਦੀ ਤੇ ਚੁੱਕ ਕੇ ਲੈ ਜਾਂਦਾ। ਅੰਮਾ ਫਰਮਾਉਂਦੀਆਂ ਨੇ ਪਰੇਸ਼ਾਨ ਬੈਠੀਆਂ, ਉੱਥੇ ਮੇਰੀ ਅੱਖ ਲੱਗ ਗਈ ਰਾਤ ਦਾ ਸਮੇਂ ਪਿੱਛੋਂ ਸਫਵਾਨ ਬੇਮੁਅੱਤਲ ਅਸਮੀ ਸਖਵਾਨੀ ਰਜ਼ੀ ਅੱਲਾਹੁ ਤਾਲਾ ਨੂੰ ਆਏ ਨੇ। ਉਹਨਾਂ ਵੇਖਿਆ ਗੁੱਸਾਇਆ ਨਜ਼ਰ ਆ ਰਿਹਾ, ਕੋਲ ਆਏ ਨੇ ਤੇ ਪਰਦੇ ਦਾ ਹੁਕਮ ਆਉਣ ਤੋਂ ਪਹਿਲੇ ਅੰਮਾ ਐਸ਼ਾ ਨੂੰ ਉਹਨਾਂ ਵੇਖਿਆ ਹੋਇਆ ਸੀ। ਵੇਖਿਆ ਤੇ ਪਰੇਸ਼ਾਨ ਹੋ ਗਏ। ਅੰਮਾ ਜੀ ਸੁੱਤੀਆਂ ਨੇ ਤੇ ਪੜਦੇ ਨੇ ਇਨਾ ਲਿਲਾਹੀ ਵਾ ਇਨਾ ਇਲੈਹੀ ਰਾਜਿਊ। ਅੰਮਾ ਐਸ਼ਾ ਫਰਮਾਉਂਦੀਆਂ ਨੇ ਮੈਂ ਬੇਦਾਰ ਹੋ ਗਈਆਂ, ਇੰਨੀ ਗੱਲ ਸੁਣੇ ਸਫਵਾਨ ਨਹੀਂ ਕੀਤੀ ਹੈ, ਇੰਨਾ ਲੀਲਾ ਪੜਿਆ, ਦੂਸਰਾ ਜੁਮਲਾ ਨਹੀਂ ਬੋਲਿਆ। ਆਪਣਾ ਊਂਟ ਬਿਠਾ ਦਿੰਦੇ ਨੇ, ਮੈਂ ਊਂਟ ਤੇ ਸਵਾਰ ਹੋ ਗਈਆਂ। ਇਹਨਾਂ ਊਂਟ ਦੇ ਮੁਹਾਰ ਨੂੰ ਨਕੇਲ ਨੂੰ ਪਕੜਿਆ, ਅੱਗੇ ਅੱਗੇ ਚੱਲਣ ਲੱਗ ਪਏ। ਮੈਂ ਚੁੱਪ ਚਾਪ ਸਵਾਰੀ ਤੇ ਬੈਠੀਆਂ। ਕਾਫਲਾ ਚੱਲਦਾ ਚੱਲਦਾ ਜਿਸਲੇ ਦੁਪਹਿਰ ਆਇਆ, ਦੁਪਹਿਰ ਦੀ ਧੁੱਪ ਲੱਗੀ, ਕਾਫਲੇ ਨੇ ਸਟੇ ਕੀਤਾ, ਇੱਕ ਜਗ੍ਹਾ ਪੜਾਉ ਡਾਲਿਆ। ਉਧਰੋਂ ਕਾਫਲਾ ਬੈਠਾ, ਉਧਰੋਂ ਅਸੀਂ ਵੀ ਪਹੁੰਚ ਜਾਂਦੇ ਹਾਂ ਤੇ ਨਜ਼ਰਾਂ ਅਬਦੁੱਲਾ ਬਿਨ ਉਬੈ ਬਿਨ ਸਲੂਲ ਰਈਸੁਲ ਮੁਨਾਫਿਕੀਨ ਦੀਆਂ ਪਈਆਂ। ਆਪਣੇ ਸਾਥੀਆਂ ਨੂੰ ਇਸ਼ਾਰੇ ਕਰਦਾ, ਕਹਿਣ ਲੱਗਾ ਉਹ ਵੇਖ ਲਓ ਐਸ਼ਾ ਕਿਤੇ ਨਲਾ ਰਹੀ ਹੈ। ਮਾਸ਼ਾਅੱਲਾ ਸੁਮਾ ਅਸਤਗਫਿਰੁੱਲਾ। ਕਹਿਣ ਲੱਗਾ ਐਡੀ ਚੰਗੀ ਹੁੰਦੀ ਤੇ ਪਿਛਾਈ ਰਹਿੰਦੀ, ਉਹ ਜ਼ਾਲਮਾ ਤੈਨੂੰ ਗੈਰਤ ਨਾ ਆਈ, ਤੂੰ ਕਿਸ ਜਗ੍ਹਾ ਤੇ ਹੱਥ ਪਾਇਆ, ਤੂੰ ਕੱਲੇ ਮੁਸਤਫਾ ਦੀ ਜ਼ਾਤ ਤੇ ਇਤਰਾਜ਼ ਨਹੀਂ ਕੀਤਾ, ਤੂੰ ਰੱਬੇ ਸੁਲ ਜਲਾਲ ਦੇ ਇੰਤਖਾਬ ਤੇ ਇਤਰਾਜ਼ ਕੀਤਾ। ਰਿਸ਼ਤਾ ਐਸ਼ਾ ਦਾ ਅਰਸ਼ ਵਾਲੇ ਰੱਬ ਨੇ ਨਬੀ ਨਾਲ ਜੋੜਿਆ, ਆਪ ਕਿਸੇ ਨੇ ਨਹੀਂ ਜੋੜਿਆ। ਰੱਬ ਦੇ ਇੰਤਖਾਬ ਤੇ ਇਤਰਾਜ਼ ਕਰ ਦਿੱਤਾ। ਇਤਰਾਜ਼ ਕਰਨ ਵਾਲਿਆਂ ਤੇ ਮੇਰੇ ਮੁਸਤਫਾ ਅਲੈਹਿ ਸਲਾਮ ਦੀ ਬੀਵੀ ਤੇ ਇਲਜ਼ਾਮ ਲੱਗ ਗਿਆ। ਅੰਮਾ ਐਸ਼ਾ ਤੇ ਸਫ਼ਰ ਮੁੱਕਿਆ, ਮਦੀਨੇ ਆ ਗਏ। ਸਫ਼ਰ ਦੇ ਦੌਰਾਨ ਅੰਮਾ ਜੀ ਦੀ ਤਬੀਅਤ ਖਰਾਬ ਹੈ, ਬਿਮਾਰ ਹੋ ਗਈਆਂ, ਬਿਮਾਰੀ ਕੋ ਇੱਕ ਮਹੀਨਾ ਰਹੀ ਹੈ। ਫਰਮਾਉਂਦੀਆਂ ਨੇ ਮੈਨੂੰ ਜ਼ਿਆਦਾ ਪਤਾ ਤੇ ਨਹੀਂ ਲੱਗਿਆ, ਇੰਨਾ ਕੋ ਮੈਨੂੰ ਫੀਲ ਹੁੰਦਾ, ਮਹਿਸੂਸ ਹੁੰਦਾ। ਅੱਗੇ ਮੈਂ ਬਿਮਾਰ ਹੁੰਦੀ ਸਾਂ ਤੇ ਨਬੀ ਪਾਕ ਅਲੈਹਿ ਸਲਾਮ
ਬੜਾ ਪਿਆਰ ਕਰਦੇ, ਬੜੀ ਮੁਹੱਬਤ ਕਰਦੇ। ਹੁਣ ਮੈਂ ਬਿਮਾਰ ਹੋਈ ਹਾਂ, ਆਕਾ ਤਾਂ ਉਹ ਲੁਤਫੋ ਮੁਹੱਬਤ ਵਾਲਾ ਮਾਮਲਾ ਨਹੀਂ ਹੈ, ਉਹ ਮੁਹੱਬਤ ਦੀ ਚਾਸ਼ਨੀ ਮੈਂ ਮਹਿਸੂਸ ਨਹੀਂ ਕਰਦੇ। ਨਬੀ ਪਾਕ ਹੁੰਦੇ ਦਰਵਾਜ਼ੇ ਤੇ ਖਲੋ ਜਾਂਦੇ, ਇੰਨਾ ਪੁੱਛਦੇ ਬਿਮਾਰ ਦਾ ਕੀ ਹਾਲ ਹੈ, ਤੇ ਮੈਂ ਵੀ ਕਹਿ ਦਿੰਦੀ ਆਕਾ ਠੀਕ ਹੈ, ਆਕਾ ਇੱਥੋਂ ਵਾਪਸ ਚਲੇ ਜਾਂਦੇ। ਫਰਮਾਉਂਦੀਆਂ ਨੇ ਇਸੇ ਸਨਾ ਚ ਦਿਨ ਗੁਜ਼ਰਨ ਡਿਆ, ਮਦੀਨੇ ਚ ਕਿਹੜਾ ਤੂਫਾਨ ਆਇਆ ਮੈਨੂੰ ਕੋਈ ਪਤਾ ਨਹੀਂ ਹੈ। ਆਂਦੀਆਂ ਨੇ ਇੱਕ ਦਿਨ ਬਿਮਾਰੀ ਚੋਂ ਮੈਨੂੰ ਅਫਾਕਾ ਹੋਇਆ, ਤੇ ਮੈਂ ਕਹਿੰਦਾ ਹਾਜਤ ਵਾਸਤੇ ਨਾ ਅਰਬ ਦੇ ਰਿਵਾਜ ਪੁਰਾਣੇ ਜ਼ਮਾਨਾ ਤੁਹਾਨੂੰ ਪਤਾ, ਲੋਕ ਘਰੋਂ ਬਾਹਰ ਜਾਂਦੇ ਨੇ ਤੇ ਮੈਂ ਵੀ ਨਿਕਲੀ ਹਾਂ ਨਾਲ ਉਮੈ ਮਿਸਤਾ ਨੇ ਰਜ਼ੀ ਅੱਲਾਹੁ ਤਾਲਾ ਅਨਹਾ ਜਾ ਰਹੀਆਂ ਤੇ ਵਾਪਸ ਆਉਂਦੇ ਆਉਂਦਿਆਂ ਮਿਸਤਾ ਦੀ ਚਾਦਰ ਚ ਪੈਰ ਉਹਨਾਂ ਦਾ ਅੜਿਆ, ਠੁੱਡਾ ਲੱਗਿਆ ਡਿੱਗਣ ਲੱਗੀਆਂ ਤੇ ਆਉਂਦੀਆਂ ਨੇ ਤਾਈ ਸਾ ਮਿਸਤਾ ਮਿਸਤਾ ਤੇਰਾ ਬੇੜਾ ਗਰਕ ਹੋ ਜਾਵੇ। ਮੈਂ ਕਿਹਾ ਮਿਸਤਾ ਉਮੈ ਮਿਸਤਾ ਕਿਉਂ ਮੇਰੇ ਭਾਈ ਮਿਸਤਾ ਨੂੰ ਬਦਦੁਆਵਾਂ ਦੇ ਰਹੀ ਹੈ? ਆਉਂਦੀ ਸ਼ਰੀਕ ਹੋ ਗਿਆ, ਉਹ ਵੀ ਉਹਨਾਂ ਦੀਆਂ ਗੱਲਾਂ ਚ ਆ ਕੇ ਮਦੀਨੇ ਦੇ ਅੰਦਰ ਗੱਲਾਂ ਕਰਦਾ ਫਿਰਦਾ ਹੈ ਮੁਸਲਮਾਨ। ਆਇਸ਼ਾ ਫਰਮਾਉਂਦੀਆਂ ਨੇ ਮੈਂ ਜਿਲੇ ਸਾਰਾ ਮਾਜਰਾ ਸੁਣਿਆ, ਮੈਨੂੰ ਪਤਾ ਲੱਗਿਆ ਕਿ ਮੇਰੇ ਬਾਰੇ ਮਦੀਨੇ ਦੇ ਅੰਦਰ ਐ ਗੱਲਾਂ ਮਸ਼ਹੂਰ ਹੋ ਗਈਆਂ ਨੇ। ਫਰਮਾਉਂਦੀਆਂ ਨੇ ਮੇਰੇ ਪੈਰੋਂ ਥੱਲੋਂ ਜ਼ਮੀਨ ਨਿਕਲ ਗਈ, ਮੈਂ ਘਰ ਆਈ ਤੇ ਨਬੀ ਪਾਕ ਨੂੰ ਆਨੀ ਆ, ਅੱਲਾ ਦੇ ਪੈਗੰਬਰ ਜੀ ਮੈਨੂੰ ਮੇਰੇ ਬਾਬਾ ਅਬੂ ਬਕਰ ਦੇ ਘਰ ਜਾਣ ਦੀ ਇਜਾਜ਼ਤ ਦੇ ਦਿਓ। ਨੀਅਤ ਇਹ ਸੀ ਕਿ ਮੈਂ ਜਾ ਕੇ ਪੂਰੀ ਤਹਿਕੀਕ ਤੇ ਕਰਾਂ, ਮੈਂ ਗੱਲਬਾਤ ਤੇ ਪੁੱਛਾਂ। ਆਕਾ ਫਰਮਾਉਂਦੇ ਨੇ ਠੀਕ ਹੈ ਤੈਨੂੰ ਇਜਾਜ਼ਤ ਦੇ। ਅੰਮਾ ਫਰਮਾਉਂਦੀਆਂ ਨੇ ਮੈਂ ਅਬੂ ਬਕਰ ਦੇ ਘਰ ਆ ਜਾਂਦੀ ਹਾਂ, ਮਾਂ ਉਮੈ ਰੁਮਾਨ ਦੇ ਘਰ ਆ ਜਾਂਦੀ ਹਾਂ। ਮਾਂ ਨੂੰ ਪੁੱਛਿਆ ਅੰਮੀ ਤੈਨੂੰ ਪਤਾ ਮੇਰੇ ਤੇ ਇਹ ਗੱਲਾਂ ਬਣ ਗਈਆਂ ਨੇ? ਮਾਂ ਦੀ ਇਹ ਮੇਰੀ ਬੇਟੀ ਮੈਨੂੰ ਪਤਾ। ਮਾਂ ਫਿਰ ਮੇਰੇ ਅੱਬੂ ਨੂੰ ਵੀ ਪਤਾ ਹੋਏਗਾ, ਹਾਂ ਹਾਂ ਪਤਾ। ਬੇਟੀ ਪੁੱਛਦੀ ਹੈ ਮਾਂ ਉਮੈ ਰੁਮਾਨ ਕੋਲੋਂ, ਨਬੀ ਪਾਕ ਨੂੰ ਵੀ ਪਤਾ? ਹਾਂ ਹਾਂ ਬੇਟੀ। ਪੂਰੇ ਮਦੀਨੇ ਚ ਗੱਲ ਫੈਲ ਗਈ ਹੈ, ਬੇਟੀ ਰੋ ਰਹੀ ਹੈ ਮਾਂ ਦੇ ਸੀਨੇ ਨਾਲ ਲੱਗ ਕੇ। ਅਬੂ ਬਕਰ ਆਏ ਨੇ, ਆਪਣੀ ਧੀ ਨੂੰ ਸੀਨੇ ਲਗਾ ਕੇ ਰੋ ਰਹੇ ਨੇ, ਆਪਣੀ ਬੇਟੀ ਨੂੰ ਤਸੱਲੀ ਦੇ ਰਹੇ ਨੇ। ਅੱਲਾਹੁ ਅਕਬਰ ਅੱਲਾ। ਫਰਮਾਉਂਦੇ ਨੇ ਬੇਟਾ ਤੈਨੂੰ ਨਬੀ ਦੇ ਘਰੋਂ ਨਹੀਂ ਸੀ ਆਉਣਾ ਚਾਹੀਦਾ, ਦਿਨ ਗੁਜ਼ਰ ਰਹੇ ਨੇ, ਅਯਾਮ ਗੁਜ਼ਰ ਰਹੇ ਨੇ, 40-50 ਦਿਨ ਗੁਜ਼ਰ ਗਏ ਨੇ। ਅੰਮਾ ਆਇਸ਼ਾ ਇੱਥੇ ਰੋਂਦੀ ਪਰੇਸ਼ਾਨ ਹੈ, ਨਬੀ ਪਾਕ ਆਪਣੀ ਜਗ੍ਹਾ ਤੇ ਪਰੇਸ਼ਾਨ ਨੇ। ਨਬੀ ਪਾਕ ਨੇ ਦੋ ਸਿਹਾਬਾਂ ਨੂੰ ਬੁਲਾਇਆ, ਉਸਾਮਾ ਬਿਨ ਜ਼ੈਦ ਤੇ ਅਲੀ ਰਜ਼ੀ ਅੱਲਾਹੁ ਤਾਲਾ ਅਨਹੁਮਾ। ਆਕਾ ਪੁੱਛਦੇ ਨੇ ਆਇਸ਼ਾ ਦੇ ਬਾਰੇ, ਯਾਰ ਤੁਹਾਡੇ ਕੀ ਰਾਏ ਮਸ਼ਵਰਾ ਹੈ? ਹਜ਼ਰਤ ਉਸਾਮਾ ਫਰਮਾਉਂਦੇ ਨੇ ਅੱਲਾ ਦੇ ਨਬੀ, ਉਹ ਤੇ ਜਿਵੇਂ ਦੀ ਹੈ ਪਾਕ ਪਾਸ ਔਰਤ, ਅਲੀ ਤੇਰਾ ਕੀ ਮਸ਼ਵਰਾ ਹੈ? ਹਜ਼ਰਤ ਉਸਾਮਾ ਫਰਮਾਉਂਦੇ ਨੇ ਸੋਹਣਿਆ ਉਹਦੇ ਪਾਕ ਬਾਦੇ, ਅਲੀ ਫਰਮਾਉਂਦੇ ਨੇ ਸੋਹਣਿਆ ਅੱਲਾ ਨੇ ਤੁਹਾਡੇ ਤੇ ਔਰਤਾਂ ਦੀ ਕੋਈ ਕਮੀ ਨਹੀਂ ਕੀਤੀ, ਆਕਾ ਜਿੱਥੇ ਚਾਹੋ ਨਿਕਾਹ ਕਰ ਸਕਦੇ ਹੋ, ਬਾਕੀ ਤੁਸੀਂ ਪਰੀਰਾ ਕੋਲੋਂ ਪੁੱਛ ਲਓ, ਐਸ਼ਾ ਦੀ ਖਾਦਮ ਹੈ। ਨਬੀ ਪਾਕ ਅਲੀ ਸਲਾਮ ਨੇ ਪਰੀਰਾ ਨੂੰ ਪੁੱਛਿਆ, ਪਰੀਰਾ ਐਸ਼ਾ ਦੇ ਬਾਰੇ ਇਹ ਗੱਲਾਂ ਸੁਣੀਆਂ ਇਹਨਾਂ ਜੀ ਅੱਲਾ ਦੇ ਨਬੀ? ਤੇ ਫਰਮਾਇਆ ਤੈਨੂੰ ਕੋਈ ਇਹਦੇ ਤੇ ਕੋਈ ਸ਼ੱਕ ਕਦੀ ਗੁਜ਼ਰਿਆ ਹੋਵੇ? ਅੱਲਾਹੁ ਅਕਬਰ। ਤੇ ਪਰੀਰਾ ਫਰਮਾਉਂਦੀਆਂ ਨੇ ਸੋਹਣਿਆ, ਨਹੀਂ ਨਹੀਂ ਐਸੀ ਤੇ ਗੱਲ ਕੋਈ ਨਹੀਂ, ਇੱਕ ਗੱਲ ਹੈ ਵੇ
ਐਸਾ ਕੰਮ ਉਮਰ ਹੈ, ਆਟਾ ਗੁਣਦੀ ਹੈ ਤੇ ਸੌ ਜਾਂਦੀ ਹੈ, ਬੱਕਰੀ ਆਉਂਦੀ ਹੈ ਤੇ ਆਟਾ ਖਾ ਜਾਂਦੀ ਹੈ, ਇਹ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਵੇਖੀ। ਯਾਨੀ ਭੋਲੀ ਹੈ ਤੁਹਾਡੀ ਐਸ਼ਾ, ਯਾਨੀ ਕੰਮ ਉਮਰ ਹੈ ਤੁਹਾਡੀ ਐਸ਼ਾ, ਐਸਾ ਕੋਈ ਭੈੜ ਮੈਂ ਦਿਸ ਨਹੀਂ ਵੇਖਿਆ। ਤੇ ਮੇਰੇ ਮੁਸਤਫਾ ਅਲੈਹਿ ਸਲਾਤੁ ਵਸਲਾਮ ਉੱਠੇ ਨੇ ਤੇ ਚੱਲ ਪਏ ਨੇ ਅਬੂ ਬਕਰ ਦੇ ਘਰ, ਆਪਣੇ ਸਹੁਰਿਆਂ ਦੇ ਘਰ ਟੁਰ ਪਏ ਨੇ। ਜਾ ਵੇਖਿਆ ਇੱਕ ਮਕਾਨ ਕਮਰੇ ਦੇ ਅੰਦਰ, ਇੱਕ ਪਾਸੇ ਨਬੀ ਪਾਕ ਦੀ ਸੱਸ ਉਮੇ ਰੁਮਾਨ ਬੈਠੀ ਹੈ, ਸੁਭਾਨ ਅੱਲਾ, ਹੈ ਇਹ ਵੀ ਸਹਾਬੀ ਹੈ। ਨਬੀ ਪਾਕ ਦੀ ਬੀਵੀ ਅੰਮਾ ਸ਼ਾਇਕ ਚਾਰ ਪਾਈ ਦੇ ਲੇਟੀਆਂ ਨੇ, ਨਬੀ ਪਾਕ ਜਾ ਕੇ ਦੂਜੇ ਪਾਸੇ ਮੂੰਹ ਕਰਕੇ ਬਹਿ ਜਾਂਦੇ ਨੇ ਤੇ ਮੇਰੇ ਆਕਾ ਨੇ ਖੁਤਬਾ ਪੜਿਆ ਤੇ ਮੁਸਤਫਾ ਫਰਮਾਉਂਦੇ ਨੇ, ਆਇਸ਼ਾ ਜੇ ਤੇ ਤੂੰ ਬਰੀ ਏ ਤੇ ਅੱਲਾ ਤੈਨੂੰ ਬਰੀ ਕਰ ਦੇਵੇਗਾ, ਜੇ ਮੇਰੀ ਐਸ਼ਾ ਜੇ ਤੇਰੇ ਕੋਲੋਂ ਕੋਈ ਗਲਤੀ ਹੋ ਗਈ ਏ ਤੇ ਫਿਰ ਅੱਲਾ ਕੋਲੋਂ ਮਾਫ਼ੀ ਮੰਗ ਲੈ, ਅੱਲਾ ਮਾਫ਼ ਕਰ ਦੇਵੇਗਾ। ਅੰਮਾ ਐਸ਼ਾ ਫਰਮਾਉਂਦੀਆਂ ਨੇ, ਮੈਂ ਤੜਪ ਕੇ ਬੋਲੀ, ਅੰਤਾ ਯਾ ਰਸੂਲ ਅੱਲਾ, ਅੱਲਾ ਦੇ ਨਬੀ ਹੁਣ ਤੁਸੀਂ ਵੀ ਇਹ ਗੱਲ ਕਰਦੇ ਹੋ ਪੈ, ਜਿਹੜੇ ਇਲਜ਼ਾਮ ਸਾਰੇ ਲਗਾਉਣ ਡੈ ਨੇ, ਤੁਸੀਂ ਵੀ ਉਹ ਕੋਈ ਗੱਲ ਕਰ ਦਿੱਤੀ ਹੈ ਨਾ। ਨਬੀ ਪਾਕ ਦੀ ਬੀਵੀ ਫਰਮਾਉਂਦੀਆਂ ਨੇ, ਮੈਂ ਰੋ ਰੋ ਕੇ, ਅੱਖਾਂ ਦੇ ਆਂਸੂ ਤੇ ਮੇਰੇ ਖੁਸ਼ਕ ਹੋ ਚੁੱਕੇ ਨੇ, ਮੈਂ ਪਰੇਸ਼ਾਨ ਹਾਂ। ਤੇ ਮੈਂ ਆਖਿਆ, ਅੱਲਾ ਦੇ ਨਬੀ, ਮੈਂ ਆਪਣੀਆਂ ਸਫਾਈਆਂ ਕੀ ਦੇਣੀਆਂ ਵੇ, ਮੈਂ ਆਪਣੇ ਆਪ ਨੂੰ ਸਹੀ ਕਵਾਂ ਤੇ ਫਿਰ ਵੀ ਕਿਹੜਾ ਤੁਸਾਂ ਮੰਨ ਜਾਵੇ। ਤੇ ਮੈਂ ਤੇ ਫਰਮਾਉਂਦੀਆਂ ਨੇ, ਗਮ ਵਿੱਚ ਯਕੂਬ ਨਬੀ ਦਾ ਨਾਮ ਵੀ ਭੁੱਲ ਗਈਆਂ। ਮੈਂ ਆਖਿਆ, ਅੱਲਾ ਦੇ ਨਬੀ, ਮੇਰੀ ਮਿਸਾਲ ਤੇ ਨਬੀ ਯੂਸਫ ਦੇ ਬਾਪ ਵਾਲੀ ਬਣ ਗਈ ਹੈ। ਸਬਰੁਨ ਜਮੀਲ, ਮੈਂ ਤੇ ਸਬਰ ਹੀ ਕਰ ਸਕਦੀ ਹਾਂ ਤੇ ਮੇਰੇ ਆਕਾ ਦੇ ਕੋਲ ਇੱਕ ਅਨਸਾਰੀ ਔਰਤ ਆਈ ਹੈ ਤੇ ਆ ਕੇ ਬੈਠੀ ਹੈ, ਮੈਂ ਗੱਲਬਾਤ ਕਰ ਰਹੀ ਹੈ। ਇਹ ਔਰਤ ਨੇ ਵੇਖਿਆ, ਇਹ ਵੀ ਰੋਣ ਲੱਗ ਪੈਂਦੀ ਹੈ। ਘਰ ਦਾ ਮਾਹੌਲ ਹੀ ਕੁਝ ਇੰਜ ਬਣ ਗਿਆ, ਨਬੀ ਪਾਕ ਆਪਣੀ ਜਗ੍ਹਾ ਤੇ ਪਰੇਸ਼ਾਨ ਨੇ, ਅਬੂ ਬਕਰ ਐਸ਼ਾ ਦਾ ਬਾਪ ਆਪਣੀ ਜਗ੍ਹਾ ਤੇ ਰੋਣ ਡੇ ਹੈ, ਅੰਮਾ ਉਮੇ ਰੁਮਾਨ ਆਪਣੀ ਜਗ੍ਹਾ ਤੇ ਰੋ ਰਹੀਆਂ ਨੇ। ਉਹ ਜਿਹਦੀ ਧੀ ਦਾ ਘਰ ਉਜੜਦਾ ਪਿਆ ਹੋਵੇ, ਉਹਨਾਂ ਮਾਪਿਆਂ ਨੂੰ ਰੋਣਾ ਨਾ ਆਏ ਤੇ ਹੋਰ ਕੀ ਹੋਏ। ਮਾਂ ਵੀ ਰੋਂਦਾ, ਮਾਂ ਵੀ ਰੋਂਦੀ ਹੈ ਤੇ ਅੰਮਾ ਐਸ਼ਾ ਵੀ ਰੋਂਦੀ ਹੈ। ਆਉਣ ਵਾਲੀ ਅਨਸਾਰੀਆ ਬੀਬੀ ਵੀ ਵੇਖ ਕੇ ਰੋਣ ਲੱਗ ਪੈਂਦੀ ਹੈ ਤੇ ਵੇਖਿਆ ਜੇ ਫਿਰਦਿਆਂ ਫਿਰਦਿਆਂ ਨਬੀ ਪਾਕ ਦੀ ਪਿਸ਼ਾਨੀ ਤੇ ਪਸੀਨਾ ਆਉਣ ਲੱਗ ਪੈਂਦਾ ਹੈ। ਨਬੀ ਪਾਕ ਅਲੈਹਿ ਸਲਾਮ ਤੇ ਵਹੀ ਆ ਜਾਂਦੀ ਹੈ, ਅੱਲਾ ਦੀ ਤਰਫੋਂ ਜਬਰੀਲ ਵਹੀ ਲੈ ਕੇ ਆ ਜਾਂਦਾ ਤੇ ਮੇਰੇ ਆਕਾ ਅਲੈਹਿ ਸਲਾਮ ਦੀ ਵਹੀ ਦੀ ਕਫੀਅਤ ਮੁਕੰਮਲ ਹੋਈ ਹੈ ਤੇ ਨਬੀ ਪਾਕ ਅਲੈਹਿ ਸਲਾਮ ਨੇ ਸਿਰ ਉਠਾਇਆ ਤੇ ਆਪ ਫਰਮਾਉਂਦੇ ਨੇ, ਆਪ ਸ਼ਰੀ ਆਇਸ਼ਾ, ਐਸ਼ਾ ਤੈਨੂੰ ਮੁਬਾਰਕ ਹੋਏ, ਐਸ਼ਾ ਖੁਸ਼ ਹੋ ਜਾ। ਸਾਰੇ ਘਰ ਵਾਲੇ ਜਿਵੇਂ ਜਾਨ ਚ ਜਾਣਾ ਚਾਹੁੰਦੇ ਹੈ, ਆਕਾ ਫਰਮਾਉਂਦੇ ਨੇ, ਰੱਬ ਨੇ ਆਸਮਾਨਾਂ ਤੋਂ ਜਬਰੀਲ ਨੂੰ ਕੱਲਿਆ ਤੇ ਤੇਰੀ ਸਫਾਈ ਵਿੱਚ ਰੱਬ ਨੇ ਕੁਰਾਨ ਨਾਜ਼ਲ ਫਰਮਾ ਦਿੱਤਾ। ਅੰਮਾ ਮਰੀਮ ਤੇ ਇਲਜ਼ਾਮ ਲੱਗਾ, ਦੁੱਧ ਪੀਂਦਾ ਬੱਚਾ ਬੋਲ ਕੇ ਆਉਂਦਾ, ਇੰਨੀ ਅਬਦੁੱਲਾ ਬੱਚਾ ਬੋਲਿਆ, ਮੈਂ ਅੰਮਾ ਦੇ ਮੋਮਿਨਾਂ ਦੀ ਅੰਮਾ ਤੇ ਇਲਜ਼ਾਮ ਲੱਗਾ, ਦੁੱਧ ਪੀਂਦਾ
ਦਾ ਬੱਚਾ ਨਹੀਂ ਬਲਕਿ ਖੁਦ ਰੱਬ ਸੱਚਾ ਬੋਲਿਆ ਏ। ਅੱਲਾ ਨੇ ਕੁਰਾਨ ਦੀਆਂ 18 ਆਇਤਾਂ ਨਾਜ਼ਿਲ ਕਰ ਦਿੱਤੀਆਂ ਨੇ। ਸੋਹਣਿਆ ਸੁਬਹਾਨਕਾ ਹਾਜ਼ਾ ਬੁਹਤਾਨੁਨ ਅਜ਼ੀਮ। ਸੁਬਹਾਨ ਰੱਬਿਕ ਰੱਬਿਲ ਇੱਜ਼ਤਿ ਅੰਮਾ ਯਸਿਫੂਨ ਵਸਲਾਮੁ।